ਸਾਰੇ ਸਾਡੇ ਮੰਤਰੀ ਸਾਹਿਬਾਨ, ਸਾਡੇ ਸਰਪੰਚ ਸਾਹਿਬਾਨ, ਮੈਂ ਬੂਟਾ ਸਿੰਘ ਕਿਲਖਣੀ ਹਲਕਾ ਰਾਜਪੁਰਾ ਤੋਂ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਬਹੁਤ ਧੰਨਵਾਦੀ ਹਾਂ ਸੀਐਮ ਸਾਹਿਬ ਦਾ, ਜਿਹੜਾ ਇਹਨਾਂ ਨੇ ਸਾਨੂੰ ਅੱਜ ਬੁਲਾ ਕੇ ਸਾਨੂੰ ਮਾਣ ਬਖਸ਼ਿਆ, ਤੋਂ ਸਾਨੂੰ ਗੱਲ ਸੁਣਨ ਦੇ ਲਈ, ਪਿੰਡਾਂ ਦੇ ਸਰਪੰਚਾਂ ਦੀ ਗੱਲ ਸੁਣਨ ਦੇ ਲਈ ਸਾਨੂੰ ਇੱਥੇ ਬੁਲਾਇਆ ਹੈ। ਸੋ ਮੈਂ ਬਹੁਤ ਬਹੁਤ ਵਧਾਈ ਦੇਣਾ ਸੀਐਮ ਸਾਹਿਬ ਨੂੰ, ਜਿਹੜਾ ਕਿ ਪਹਿਲੇ ਪੜਾਅ ਦੇ ਵਿੱਚ ਸਾਨੂੰ ਜੋ ਬਹੁਤ ਗ੍ਰਾਂਟਾਂ ਦੇ ਜੋ ਮਿਲੇ ਹੈ, ਉਹਦੇ ਵਿੱਚ ਸਾਡਾ ਪਿੰਡਾਂ ਦਾ ਜਿਹੜਾ ਬਹੁਤ ਸੁਧਾਰ ਹੋਇਆ। ਮੈਂ ਸਮਝਦਾ ਵੀ 40 ਸਾਲ ਤੋਂ ਜਿਹੜੇ ਪਿੰਡਾਂ ਦੇ ਵਿੱਚ ਕੰਮ ਨਹੀਂ ਸੀ ਹੋਏ, ਉਹ ਕੰਮ ਮੈਂ ਅੱਜ ਜਿਹੜੇ ਹੁੰਦੇ ਦੇਖੇ ਆ ਔਰ ਹੋ ਰਹੇ ਆ ਸਾਡੇ ਪਿੰਡਾਂ ਦੇ ਵਿੱਚ, ਚਾਹੇ ਸ਼ਹਿਰ ਹੋਵੇ ਚਾਹੇ ਪਿੰਡ ਹੋਵੇ। ਪਿੰਡਾਂ ਦੇ ਲੋਹਾਰ ਹੀ ਬਦਲ ਕੇ ਰੱਖ ਦਿੰਦੀ ਹੈ। ਅੱਜ ਜੋ ਥਾਂ ਰਹੀ ਦੂਜੇ ਪੜਾਅ ਦੀ ਤੁਸੀਂ ਕਿਸਦੇ ਹੋ, ਸਾਨੂੰ ਵਿਸ਼ਵਾਸ ਹੈ ਪੂਰਾ ਕਿ ਉਸ ਦੂਜੇ ਪੜਾਅ ਦੀ ਕਿਸਤ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਸਾਡਾ ਕੋਈ ਪਿੰਡ ਦੇ ਵਿੱਚ ਕੰਮ ਐਸਾ ਨਹੀਂ ਰਹੂਗਾ ਜਿਹੜਾ ਹੋਣ ਵਾਲਾ ਬਾਕੀ ਹੋਵੇ। ਮੈਂ ਤਾਂ ਕਈ ਵਾਰੀ ਹੱਸਦਾ ਹੁੰਦਾ, ਮੇਰਾ ਪਿੰਡ ਰਾਜਪੁਰੇ ਤੋਂ ਬਿਲਕੁਲ ਨਾਲ ਪੈਂਦਾ ਤੇ ਪਿਛਲੇ ਮੇਰੀ 63 ਸਾਲ ਦੀ ਉਮਰ ਹੋ ਗਈ, ਬੜੀਆਂ ਕਈ ਰਾਜਨੀਤੀ ਪਾਰਟੀਆਂ ਆਈਆਂ ਕਈ ਗਈਆਂ। ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਕੁਛ ਨਹੀਂ ਹੋਇਆ, ਇਤਨਾ ਬੁਰਾ ਹਾਲ ਮੇਰੇ ਪਿੰਡ ਦਾ ਸੀ, ਪਰ ਅੱਜ ਮੇਰੇ ਪਿੰਡ ਦੇ ਵਿੱਚ ਜਿੰਨੀਆਂ ਸੜਕਾਂ ਲੱਗੀਆਂ ਹੋਈਆਂ ਸਾਰੀਆਂ ਪੱਕੀਆਂ, ਚਾਰੇ ਪਾਸੇ ਪਿੰਡ ਦੇ ਪੈਪਲਾਈਨ ਸੀਵਰੇਜ, ਸਾਰੇ ਪਾਸੇ ਫਿਰਨੀ ਦੇ ਵਿੱਚ ਇੰਟਰਲੋਕ ਟਾਇਲ, ਜੋ ਵੀ ਕੰਮ ਮਤਲਬ ਹੋਇਆ ਬਹੁਤ ਵਧੀਆ ਤਰੀਕੇ ਨਾਲ ਸਾਡੇ ਮੇਰੇ ਸਾਹਿਬ ਨੇ ਇਮਾਨਦਾਰੀ ਨਾਲ ਕਰਾਇਆ। ਔਰ ਮੈਨੂੰ ਪੂਰੀ ਉਮੀਦ ਹੈ ਕਿ ਪੂਰਾ ਪੰਜਾਬ ਦਾ ਨਕਸ਼ਾ ਜਿਹੜਾ ਅਗਲੇ ਸਾਲ ਰਹਿ ਗਿਆ ਇਹਦੇ ਵਿੱਚ ਪੂਰਾ ਪੰਜਾਬ ਸਾਡਾ ਖੁਸ਼ਹਾਲ ਹੋਏਗਾ ਔਰ ਲੋਕ ਬਹੁਤ ਖੁਸ਼ ਹੈ ਇਸ ਗੱਲ ਤੋਂ, ਕੈਪਟਨ ਸਾਹਿਬ ਦੀ ਸਰਕਾਰ ਤੋਂ। ਜਦ ਤਾਂ ਕੁਛ ਕੰਮ ਪਹਿਲਾਂ ਹੋਏ ਸੀ 2002-2007 ਦੇ ਵਿੱਚ, ਉਸ ਤੋਂ ਬਾਅਦ ਜਿਹੜੇ 2 ਪੜਾਅ ਲੰਘੇ ਹੈ, ਮੈਂ ਤਕਰੀਬਨ ਰਾਜਨੀਤੀ ਦੇ ਵਿੱਚ ਸੁਣਦਾ ਰਹਿੰਦਾ, ਪੁੱਛਦਾ ਵੀ ਰਹਿੰਦਾ, ਖ਼ਬਰਾਂ ਵੀ ਸੁਣਦੇ ਰਹਿੰਦੇ, ਪਰ ਕੋਈ ਕੰਮ ਨਹੀਂ ਹੋਇਆ। ਆਹ ਜਿਹੜੇ ਵਿਚਾਰ ਕਦਮ ਦੇ ਵਿੱਚ ਪਿੰਡ ਦਾ ਪੂਰਾ ਪੂਰੇ ਪਿੰਡ ਜਿਹੜੇ ਆ ਖੁਸ਼ਹਾਲ ਕਰਦੇ, ਤੁਸੀਂ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ, ਜਿਹੜਾ ਇਹਨਾਂ ਨੇ ਸਾਡੇ ਪਿੰਡਾਂ ਦੇ ਵੱਲ ਵੇਖਿਆ ਔਰ ਪਿੰਡਾਂ ਦੀ ਜਿਹੜੀ ਸਾਡੀ ਸਾਰ ਲਈ ਹੈ। ਬਹੁਤ ਬਹੁਤ ਧੰਨਵਾਦ, ਸ਼ੁਰੂ ਕਰੀਏ ਫਿਰ ਇਹ ਇਹ ਇਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਜਿਹੜੇ ਰਹਿ ਗਏ ਸਰਪੰਚ ਸਾਹਿਬ ਉਹਨਾਂ ਤੋਂ ਲੈ ਗੱਲ ਕਰਾਂਗਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਆਜੋ ਕੌਣ ਹੈ ਜੀ? ਤ੍ਰਿਪਤ ਜੀ, ਸਤਿ ਸ਼੍ਰੀ ਅਕਾਲ। ਠੀਕ ਹੋ ਤੁਸੀਂ? ਇੱਕ ਰਿਕੁਐਸਟ ਕਰਦੇ ਹੋ ਸਾਰਿਆਂ ਨੂੰ ਕਿ ਆਪਣਾ ਆਪਣਾ ਮਾਈਕ ਰੱਖਣ, ਜਿਹੜਾ ਬੋਲੇ ਸਿਰਫ ਉਹਦਾ ਮਾਈਕ ਹੋਣ, ਨਹੀਂ ਤਾਂ ਇਹ ਕ੍ਰੋਸ ਕਮਿਊਨੀਕੇਸ਼ਨ। ਹਾਂ, ਇੱਕ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਅੱਜ ਇਸ ਪ੍ਰੋਗਰਾਮ 'ਚ ਹਿੱਸਾ ਪਾ ਰਹੇ ਹੋ, ਜਰਾ ਜਦੋਂ ਤੁਸੀਂ ਬੋਲਦੇ ਹੋ ਆਪਣਾ ਮਾਈਕ ਔਨ ਕਰ ਦਿਉ, ਨਹੀਂ ਬੰਦ ਰੱਖੋ, ਨਹੀਂ ਉਹ ਆਵਾਜ਼ ਫਟ ਰਹੀ ਹੈ। ਸਤਿ ਸ਼੍ਰੀ ਅਕਾਲ, ਕੌਣ ਸੁਣ ਰਹੇ ਸ਼ਾਮ ਜੀ? ਸੋ ਵੀ ਹੈਵ ਟੂ ਬੀ ਸਟਿਲ ਨੋਟ ਦੇਅਰ, ਸਟਿਲ ਨੋਟ ਦੇਅਰ।
We'll wait for him to come. Yes. ਤੁਸੀਂ ਅੱਗੇ ਕਰੋ ਜੀ ਗੱਲ ਆਪਣੀ ਬ੍ਰੀਫ ਮੁੱਖ ਸਾਹਿਬ ਅਗਲੇ ਸਰਪੰਚ ਸਾਹਿਬ ਨਹੀਂ ਉਹ ਹਾਲੇ 2 ਮਿੰਟ ਲੱਗਣਗੇ ਉਹਨਾਂ ਨੂੰ ਆਉਣ ਨੂੰ ਤੁਸੀਂ ਆਪਣੀ ਗੱਲ ਕੋਈ ਕਰਨੀ ਹੈ ਤਾਂ ਜ਼ਰਾ ਬ੍ਰੀਫਲੀ ਕਰ ਲਓ ਸੀਮਾ ਕੋਲ ਸੀਮਾ ਕੋਲ ਸ਼ੀ ਇਸ ਜੁਆਇੰਟ ਸਰ
but they're not on the stage. ਪੰਚਾਇਤਾਂ ਦੇ ਆਨਰੇਬਲ ਮਿਨਿਸਟਰ ਸਰ, ਫਾਈਨੈਂਸ ਮਿਨਿਸਟਰ ਪੰਜਾਬ ਸਰ, ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਅੱਜ ਅਸੀਂ ਪੰਜਾਬ ਦੀ ਬਹੁਤ ਹੀ ਪ੍ਰੈਸਟੀਜੀਅਸ ਸਕੀਮ ਸਮਾਰਟ ਵਿੱਚ ਕੈਂਪੇਨ ਫੇਸ 2 ਨੂੰ ਡਿਜੀਟਲੀ ਅਸੀਂ ਸਰ ਲਾਂਚ ਕਰਨ ਜਾ ਰਹੇ ਹਾਂ ਸਰ। ਇਸੇ ਮੌਕੇ ਤੇ ਪੰਜਾਬ ਦੇ ਆਨਰੇਬਲ ਮਿਨਿਸਟਰ ਸਾਹਿਬਾਨ ਡਿਸਟ੍ਰਿਕਟ ਅਤੇ ਸਟੇਟ ਦੀਆਂ ਲੋਕੇਸ਼ਨਸ ਤੋਂ ਅਤੇ ਆਨਰੇਬਲ ਅਮੇਰੇ ਸਾਹਿਬਾਨ ਆਪਣੀਆਂ ਕੰਸਟੀਟਿਊਂਟ ਪੋਜੀਸ਼ਨਲੀ ਐਡਵੈਂਸੀ ਲੋਕੇਸ਼ਨਸ ਤੋਂ ਜੁਆਇਨ ਕਰ ਰਹੇ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਰ ਸ਼ਾਮਿਲ ਹੋਏ ਨੇ। ਆਪ ਸਾਰਿਆਂ ਨੂੰ ਵੀ ਜੀ ਆਇਆਂ ਨੂੰ ਸਰ, ਆਪ ਜੀ ਦੀ ਸ਼ਮੂਲੀਅਤ ਨਾਲ ਸਾਡੀ ਸਾਰੀ ਟੀਮ ਨੂੰ ਬਹੁਤ ਹੀ ਹੌਸਲਾ ਬਣਦੀ ਹੈ ਸਰ। ਇਸੇ ਮੌਕੇ ਤੇ ਪੰਜਾਬ ਦੀਆਂ 13,262 ਪੰਚਾਇਤਾਂ ਵੀ ਪ੍ਰੋਗਰਾਮ ਦੇ ਵਿੱਚ 1500 ਲੋਕੇਸ਼ਨ ਤੋਂ ਜੁਆਇਨ ਕਰਦੀਆਂ ਨੇ ਸਰ। ਫੀਲਡ ਵਿੱਚ ਸਾਡੀਆਂ 1500 ਲੋਕੇਸ਼ਨ ਤੋਂ ਜੁਆਇਨ ਕਰਦੀਆਂ ਸਾਰੀਆਂ ਹੀ ਪੰਚਾਇਤਾਂ ਸਮੂਹ ਸਰਪੰਚ ਸਾਹਿਬਾਨ, ਸਮੂਹ ਮੈਂਬਰ ਸਾਹਿਬਾਨ, ਆਪ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਅਤੇ ਪਿੰਡ ਦੇ ਸਾਰੇ ਪ੍ਰਤੀਨਿਧੀਆਂ ਨੂੰ ਬਹੁਤ ਬਹੁਤ ਜੀ। ਇਹਨਾਂ ਵੱਲੋਂ ਸਮਾਰਟ ਵਿਲੇਜ ਕੈਂਪੇਨ ਫੇਸ 2 ਦੇ ਤਹਿਤ ਪੰਚਾਇਤਾਂ ਵੱਲੋਂ 48,910 ਕੰਮ ਕਰਾਏ ਜਾਣਗੇ ਸਰ। ਇਹਦੀ ਟੋਟਲ ਲਾਗਤ ਜਿਹੜੀ ਹੈਗੀ ਹੈ 2,275 ਕਰੋੜ ਹੋਈ। ਸਮਾਰਟ ਵਿਲੇਜ ਕੈਂਪੇਨ ਪੰਜਾਬ ਦੀ ਇਹ ਬਹੁਤ ਹੀ ਐਂਬੀਸ਼ੀਅਸ ਰੂਰਲ ਪੰਜਾਬ ਦੇ ਇਸ ਪ੍ਰੋਗਰਾਮ ਦੇ ਤਹਿਤ ਵੱਖ ਵੱਖ ਬਲਾਕਾਂ ਦੇ ਵਿੱਚ
ਬਹੁਤ ਸਾਰੇ ਇਨੋਵੇਟਿਵ ਵਰਕਸ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਰੂਰਲ ਡਿਵੈਲਪਮੈਂਟ ਪਾਰਟੀ ਦੇ ਸਾਰੇ ਹੀ ਫੀਲਡ ਫੰਕਸ਼ਨਰੀਜ਼ ਐਸੋਸੀਏਟਿਡ ਨੇ ਅਤੇ ਖਾਸ ਤੌਰ ਤੇ ਡੀਸੀ ਸਾਹਿਬਾਨ ਦਾ ਬੜਾ ਲੀਡਰਸ਼ਿਪ ਦਾ ਰੋਲ ਵੀ ਹੈਗਾ ਸਾਡੀ ਟੀਮ ਦੇ ਏਪੀਸੀ ਡਿਵੈਲਪਮੈਂਟ ਡੀਪੀਓ ਸਾਹਿਬਾਨ ਇੰਜੀਨੀਅਰਿੰਗ ਟੀਮ ਦੇ ਸਾਰੇ ਮੁਲਾਜ਼ਮ ਤੇ ਸਮੁੱਚੀ ਟੀਮ ਇਸ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨ ਵਾਸਤੇ ਬਹੁਤ ਹੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਵਚਨਬੱਧ ਹੈ ਸਰ ਇਸ ਤੋਂ ਬਾਅਦ ਅਸੀਂ ਇੱਕ ਵਾਰੀ ਸ਼ਾਰਟ ਫਿਲਮ ਰੱਖੀ ਹੈ ਜਿਸ ਦੇ ਵਿੱਚ ਅਸੀਂ ਛੋਟੇ ਸਾਰਿਆਂ ਦੇ ਜਿਹੜੇ ਜਿਹੜੇ ਕੰਮ ਹੋਏ ਨੇ ਸੋ ਇਟ ਇਜ਼ ਮਾਈ ਐਬਸੋਲੂਟ ਆਨਰ ਐਂਡ ਪ੍ਰਿਵਿਲੇਜ ਟੂ ਪ੍ਰੈਜੈਂਟ ਐਂਡ ਟੂ ਸ਼ੋਕੇਸ ਬਿਫੋਰ ਯੂ ਦ ਵਰਕ ਵਿਚ ਇਜ਼ ਬੀਨ ਡਨ ਬਾਈ ਆਰ ਟੀਮ ਐਂਡ ਬਾਈ ਦ ਪੰਚਾਇਤ ਸੋ ਵੀ ਹੈਵ ਅ ਸ਼ਾਰਟ ਫਿਲਮ ਨਾਓ ਸ਼ੋਕੇਸਿੰਗ ਆਰ ਪ੍ਰੋਗਰਾਮ ਸਾਰਿਆਂ ਨੂੰ ਬੇਨਤੀ ਕਰੂੰਗਾ ਆਪਣੇ ਆਪਣੇ ਮਾਈਕਸ ਬੰਦ ਕਰ ਲੈਣ ਪਲੀਜ਼ ਅਗਰ ਆਵਾਜ਼ ਆ ਰਹੀ ਹੈ ਸਰਪੰਚ ਸਾਹਿਬਾਨ ਨੂੰ ਸਾਰੇ ਮੰਤਰੀ ਸਾਹਿਬਾਨ ਨੂੰ ਪਲੀਜ਼ ਆਪਣੇ ਮਾਈਕਸ ਆਫ ਕਰ ਲਓ ਸਾਫ ਸਫਾਈ ਆ ਜੀ ਪਿੰਡਾਂ ਵਿੱਚ ਬਹੁਤ ਹੀ ਸਾਫ ਸਫਾਈ ਆ ਜੀ ਪਿੰਡਾਂ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ
ਚੱਲੇ। ਤਕਰੀਬਨ ਸਾਰੇ ਪਿੰਡਾਂ ਦਾ ਹੀ ਵਿਕਾਸ ਬਹੁਤ ਜ਼ਿਆਦਾ ਜੰਗੀ ਪੱਧਰ ਦੇ ਉੱਪਰ ਕਰਵਾਇਆ ਜਾ ਰਿਹਾ ਹੈ। ਸਾਡਾ ਇੱਕ ਤਲਾਬ ਹੈ ਜੋ 400 ਸਾਲ ਪੁਰਾਣਾ ਹੈ, ਜਿਹੜਾ ਕਿ ਖੰਡਰ ਬਣ ਚੁੱਕਿਆ ਸੀ ਅਤੇ ਅੱਜ ਉਹ ਤਲਾਬ ਦੇਖਣ ਯੋਗ ਬਣ ਗਿਆ, ਜਿੱਥੇ ਕਿ ਪਾਣੀ, ਲਾਈਟਾਂ ਬਹੁਤ ਦੂਰ ਦੂਰ ਤੇ ਲੋਕ ਦੇਖਣ ਵਾਸਤੇ ਉਹਨੂੰ ਆ ਰਹੇ ਹੈ। ਸਮਾਰਟ ਵਿਲੇਜ ਕੈਂਪੇਨ ਫੇਜ਼ 1 ਦੌਰਾਨ ਚੱਲ ਰਹੇ ਪਿੰਡਾਂ ਦੇ ਵਿਕਾਸ ਦੌਰਾਨ ਧਰਮਸ਼ਾਲਾ, ਬੱਸ ਸਟਾਪ, ਸਿਵਲ ਡਿਸਪੈਂਸਰੀਜ਼ ਦੀ ਮੁਕੰਮਲ ਉਸਾਰੀ ਅਤੇ ਚੱਲ ਰਹੇ ਕੰਮ ਪੰਜਾਬ ਦੇ ਪਿੰਡਾਂ ਦੀ ਨਕਸ਼ ਨੁਹਾਰ ਬਦਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਚੀਫ ਮਿਨਿਸਟਰਸ਼ਿਪ ਥੱਲੇ ਪੰਜਾਬ ਦੇ ਪਿੰਡਾਂ ਵਿੱਚ ਸ਼ਹਿਰਾਂ ਦੀਆਂ ਸਹੂਲਤਾਂ ਦੇਣ ਵਾਸਤੇ ਸਮਾਰਟ ਵਿਲੇਜ ਕੰਪੇਨ ਸਕੀਮ ਚਾਲੂ ਕੀਤੀ ਗਈ ਹੈ, ਜਿਸ ਥੱਲੇ ਪਿੰਡਾਂ ਦੇ ਵਿੱਚ ਸੀਵਰ, ਗਲੀਆਂ, ਨਾਲੀਆਂ, ਪਾਂਡਸ ਨੂੰ ਰੈਨੋਵੇਟ ਕਰਨ ਵਾਸਤੇ, ਵਾਟਰ ਸਪਲਾਈ ਸਕੀਮਾਂ ਦੇਣ ਵਾਸਤੇ, ਕਮਿਊਨਿਟੀ ਹਾਲ ਬਣਾਉਣ ਵਾਸਤੇ, ਪਾਰਕ ਵਗੈਰਾ ਬਣਾਉਣ ਵਾਸਤੇ 855 ਕਰੋੜ ਰੁਪਈਏ ਪਹਿਲੇ ਫੇਜ਼ ਵਿੱਚ ਖਰਚ ਕੀਤੇ ਗਏ ਹਨ, ਜੋ ਬੜਾ ਵਧੀਆ ਤਰੀਕੇ ਨਾਲ ਪਿੰਡਾਂ 'ਚ ਇਹ ਕੰਮ ਚੱਲ ਰਿਹਾ ਅਤੇ ਪੂਰਾ ਹੋ ਚੁੱਕਾ। ਹੁਣ 17 ਤਰੀਕ ਨੂੰ ਰਾਹੁਲ ਗਾਂਧੀ ਜੀ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਥੱਲੇ ਦੂਸਰਾ ਫੇਜ਼ ਸ਼ੁਰੂ ਕੀਤਾ ਜਾਏਗਾ, ਜਿਸ 'ਚ ਤਕਰੀਬਨ 2800 ਕਰੋੜ ਰੁਪਈਆ ਖਰਚਿਆ ਜਾਏਗਾ। ਕੋਸ਼ਿਸ਼ ਇਹ ਹੈ ਕਿ ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ ਦੀਆਂ ਸਹੂਲਤਾਂ ਦੇ ਕੇ ਕੋਸ਼ਿਸ਼ ਕੀਤੀ ਜਾਵੇ ਕਿ ਪਿੰਡਾਂ ਦੀ ਮਾਈਗ੍ਰੇਸ਼ਨ ਸ਼ਹਿਰਾਂ ਨੂੰ ਬੰਦ ਹੋ ਸਕੇ ਅਤੇ ਲੋਕ ਪਿੰਡਾਂ 'ਚ ਹੀ ਰਹਿ ਕੇ ਸੁਖੀ ਜੀਵਨ ਬਿਤਾਉਣ। ਮਜ਼ਬੂਤ ਬੁਨਿਆਦੀ ਢਾਂਚਾ ਹੀ ਇਮਾਰਤ ਦਾ ਭਵਿੱਖ ਤੈਅ ਕਰਦਾ ਹੈ ਅਤੇ ਇਸ ਦੀ ਮਜ਼ਬੂਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਿਨ ਰਾਤ ਜੁਟੀ ਹੋਈ ਹੈ। ਪਿਛਲੇ ਸਾਲ ਅਸੀਂ ਇੱਕ ਸਮਾਰਟ ਵਿਲੇਜ ਸਕੀਮ ਸ਼ੁਰੂ ਕੀਤੀ ਸੀ ਤਾਂ ਕਿ ਪਿੰਡਾਂ ਦੇ ਬਿਹਤਰੀ ਵਾਸਤੇ, ਜੋ ਇੱਕ ਦਾ ਇਸ਼ ਜਿਹੜੇ ਜਿਹੜੇ ਪਿੰਡ ਚਾਹੁੰਦੇ ਸੀ ਕਿ ਉਹਨਾਂ ਦੀ ਡਿਵੈਲਪਮੈਂਟ ਤਾਂ ਹੋਵੇ, ਉਹਦੇ 'ਤੇ ਅਸੀਂ ਇਸਤੇਮਾਲ ਕਰ ਸਕੀਏ। ਐਤਕੀ ਫੇਜ਼ 2 ਦੇ ਵਿੱਚ 2700 ਕਰੋੜ ਰੁਪਈਆ ਲਗਾ ਰਹੇ ਹਾਂ ਔਰ ਸਾਡੇ ਪਿੰਡਾਂ ਦੇ ਵਿੱਚ ਇਹ ਕੰਮ ਸ਼ੁਰੂ ਹੋਏਗਾ ਤਾਂ ਕਿ ਤੁਸੀਂ ਆਪਣੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ, ਜਿਹੜੇ ਖਾਸ ਆਪਣੇ ਪਿੰਡ ਵਾਸਤੇ ਤੁਸੀਂ ਚਾਹੁੰਦੇ ਹੋ, ਤੁਸੀਂ ਕਰਵਾ ਸਕੋ। ਇਹਦਾ ਸਾਰਾ ਨੂੰ ਅਸੀਂ ਉਦਘਾਟਨ ਕਰਵਾ ਰਹੇ ਨੇ ਕਰ ਰਹੇ ਨੇ ਸਾਡੇ ਰਾਹੁਲ ਗਾਂਧੀ ਜੀ, ਔਰ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆ ਕੇ ਜਿੱਥੇ ਸਾਡੀਆਂ ਸਕਰੀਨਾਂ ਲੱਗਣਗੀਆਂ ਉਹਨਾਂ ਦਾ ਭਾਸ਼ਣ ਵੀ ਸੁਣੋਗੇ ਔਰ ਜਿਹੜੀ ਤੁਸੀਂ ਆਪਣੇ ਵੱਲੋਂ ਜਿਹੜੀ ਕੋਈ ਗੱਲ ਕਰਨੀ ਹੈ, ਕੋਈ ਸਰਪੰਚ ਸਾਹਿਬਾਨ ਵਗੈਰਾ ਕੋਈ ਕਰਨਾ ਚਾਹਣ, ਉਹਨਾਂ ਦਾ ਵੀ ਇੱਕ ਮੌਕਾ ਮਿਲੂਗਾ ਕਿ ਤੁਸੀਂ ਉਹਨਾਂ ਨੂੰ ਦੱਸ ਵੀ ਸਕਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ, ਤਾਂ ਕਿ ਪੰਜਾਬ ਸਰਕਾਰ ਤੁਹਾਡਾ ਵੀ ਜਿਹੜੇ ਤੁਸੀਂ ਪੂਰਾ ਕਰਨਾ ਚਾਹੁੰਦੇ ਆਪਣੇ ਪਿੰਡ ਵਾਸਤੇ ਅਸੀਂ ਕਰ ਸਕੀਏ। ਸਮਾਰਟ ਵਿਲੇਜ ਕੈਂਪੇਨ ਫੇਜ਼ 1 ਦੌਰਾਨ ਦਿੱਤੀਆਂ ਗ੍ਰਾਂਟਸ ਤੋਂ ਬਾਅਦ ਅੱਜ ਸਮਾਰਟ ਵਿਲੇਜ ਕੈਂਪੇਨ ਫੇਜ਼ 2 ਦੀਆਂ ਗ੍ਰਾਂਟਸ ਦੀ ਇਨੋਗਰੇਸ਼ਨ ਕੀਤੀ ਜਾ ਰਹੀ ਹੈ। ਹੁਣ ਮੈਂ ਬੇਨਤੀ ਕਰਾਂਗੀ ਲੋਕ ਸਕੱਤਰ ਪੰਜਾਬ ਜੀ ਨੂੰ ਕਿ ਉਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਥੈਂਕ ਯੂ ਸੀਮਾ।
ਜਿਵੇਂ ਅਸੀਂ ਹੁਣੇ ਵੇਖਿਆ ਹੈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਜਿਹੜੀ ਕਿ ਹਰ ਪਹਿਲੂ ਦੇ ਵਿੱਚ ਵਿਕਾਸ ਕਰਨ ਦੀਆਂ ਨੇ, ਪਿੰਡਾਂ ਦੇ ਵਿੱਚ ਸਾਡੀ 60% ਤੋਂ ਵੀ ਵੱਧ ਆਬਾਦੀ ਰਹਿੰਦੀ ਹੈ, ਇਸ ਕਰਕੇ ਪਿੰਡਾਂ ਦਾ ਸਰਵਪੱਖੀ ਵਿਕਾਸ ਬਹੁਤ ਹੀ ਅਹਿਮ ਮੁੱਦਾ ਹੈ, ਸਾਡਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ। ਔਰ ਮੈਂ ਇਸ ਪ੍ਰੋਗਰਾਮ ਨੂੰ ਅੱਜ ਦਾ ਇੱਕ ਜਿਹੜਾ ਸਮਾਰਟ ਵਿਲੇਜ ਫੇਜ਼ 2 ਦੇ ਲਾਂਚ ਦਾ ਬਹੁਤ ਹੀ ਅਹਿਮ ਪ੍ਰੋਗਰਾਮ ਹੈ ਉਸਨੂੰ ਅੱਗੇ ਵਧਾਉਣ ਲਈ ਬੇਨਤੀ ਕਰਾਂਗੀ ਸਾਡੇ ਰੂਰਲ ਡਿਵੈਲਪਮੈਂਟ ਮਿਨਿਸਟਰ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਨੂੰ। ਪਰਮ ਸਤਿਕਾਰਯੋਗ ਹਿੰਦੁਸਤਾਨ ਦੇ ਕਰੋੜਾਂ ਨੌਜਵਾਨਾਂ ਦੀ ਦਿਲ ਦੀ ਧੜਕਣ ਰਾਹੁਲ ਗਾਂਧੀ ਜੀ, ਮੇਰੇ ਸਤਿਕਾਰਯੋਗ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ, ਸੁਨੀਲ ਜਾਖੜ ਜੀ ਸਾਡੇ ਪ੍ਰਧਾਨ ਪ੍ਰਦੇਸ਼ ਕਾਂਗਰਸ, ਮੇਰੇ ਮੰਤਰੀ ਸਾਥੀ MLA ਸਾਹਿਬਾਨ ਅਤੇ ਸਾਰੇ ਪੰਚ ਸਾਹਿਬਾਨ ਜਿਹੜੇ ਅੱਜ ਸਾਡੇ ਇਸ ਪ੍ਰੋਗਰਾਮ ਜੁੜੇ ਨੇ, ਅਤੇ ਹੋਰ ਵੀ 1.5 ਲੱਖ ਲੋਕ ਜਿਹੜੇ ਹਰ ਪਿੰਡ 'ਚੋਂ ਇਸ ਪ੍ਰੋਗਰਾਮ ਦੇਖ ਰਹੇ ਨੇ, ਇਸ ਪ੍ਰੋਗਰਾਮ ਜੁੜੇ ਹੋਏ ਨੇ। ਰਾਹੁਲ ਜੀ, ਇਹ ਸਾਡੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਕਿ ਪਿਛਲੇ 10-15 ਦਿਨਾਂ ਦੇ ਵਿੱਚ ਤੁਸੀਂ ਦੂਜੀ ਵਾਰੀ ਪੰਜਾਬ ਦੀਆਂ ਬਣਾਈਆਂ ਸਕੀਮਾਂ ਨੂੰ ਇਨੈਗੋਰੇਟ ਕਰ ਰਹੇ ਹੋ। ਤੁਸੀਂ ਕੁਝ ਦਿਨ ਪਹਿਲਾਂ ਪਟਿਆਲੇ ਵਿੱਚ ਸਪੋਰਟਸ ਨਾਲ ਕਨੈਕਟਡ ਸਟੇਡੀਅਮਸ ਦੀ ਸਕੀਮ ਇਨੈਗੋਰੇਟ ਕੀਤੀ ਸੀਗੀ, ਕਿਉਂਕਿ ਜਦੋਂ ਸਾਡੀ ਸਰਕਾਰ ਬਣੀ ਸੀ ਉਦੋਂ ਮੇਨ ਨਾਰਾ ਸੀ ਵੀ ਲੋਕਾਂ ਨੂੰ, ਬੱਚਿਆਂ ਨੂੰ ਨਸ਼ੇ ਵਾਲੇ ਪਾਸਿਓਂ ਹਟਾਉਣਾ, ਨਸ਼ੇ ਪਾਸਿਓਂ ਹਟਾ ਕੇ ਸਪੋਰਟਸ ਵਾਲੇ ਪਾਸੇ ਲਾਉਣਾ ਵਾ। ਇਸ ਕਰਕੇ ਅਸੀਂ ਸਪੋਰਟਸ ਸਟੇਡੀਅਮ ਵਾਲੇ ਪਾਸੇ ਪਏ, ਜਿਹੜੀ ਸਕੀਮ ਤੁਸੀਂ ਉਦੋਂ ਇਨੈਗੋਰੇਟ ਕੀਤੀ ਆ। ਅੱਜ ਤੁਸੀਂ ਫਿਰ ਕੈਪਟਨ ਸਾਹਿਬ ਦੇ ਸੱਦੇ 'ਤੇ ਦੂਸਰੀ ਸਕੀਮ ਇਨੈਗੋਰੇਟ ਕਰਨ ਦਾ ਸਾਨੂੰ ਮੌਕਾ ਦਿੱਤਾ। ਇਹ ਸਮਾਰਟ ਵਿਲੇਜ ਕੰਪੇਨ ਸਕੀਮ ਹੈ ਜਿਹਦੇ ਥੱਲੇ ਪਹਿਲਾ ਫੇਜ਼ ਰਾਹੁਲ ਜੀ ਕੰਪਲੀਟ ਹੋ ਚੁੱਕਾ, ਤਕਰੀਬਨ 850 ਕਰੋੜ ਰੁਪਈਆ ਲੱਗ ਚੁੱਕਾ। ਅੱਜ ਤੁਸੀਂ ਸੈਕਿੰਡ ਫੇਜ਼ ਇਨੈਗੋਰੇਟ ਕਰਨਾ ਜਿਹ 'ਚ 2800 ਕਰੋੜ ਰੁਪਈਆ ਲਗਭਗ ਲੱਗੇਗਾ। ਇਹ ਸਕੀਮ ਪਿੱਛੇ ਰਾਹੁਲ ਜੀ ਸੋਚ ਇਹ ਸੀ, ਕੈਪਟਨ ਸਾਹਿਬ ਦੀ ਸੋਚ ਇਹ ਸੀ ਵੀ ਜਿਹੜੀ ਪਿੰਡਾਂ 'ਚ ਮਾਈਗ੍ਰੇਸ਼ਨ ਹੈ ਟੂਅਰਡਸ ਟਾਊਨਸ, ਉਹਨੂੰ ਕਿਵੇਂ ਠੱਲ ਪਾਈ ਜਾਵੇ, ਉਹਨੂੰ ਕਿਵੇਂ ਰੋਕਿਆ ਜਾਵੇ, ਉਹਨੂੰ ਕਿਵੇਂ ਸਟਾਪ ਕੀਤਾ ਜਾਵੇ। ਇਸ ਲਈ ਫਿਰ ਇਹ ਸੋਚਿਆ ਗਿਆ ਵੀ ਜਿਹੜੇ ਪਿੰਡਾਂ ਦੀਆਂ ਸਹੂਲਤਾਂ ਨੇ, ਸ਼ਹਿਰਾਂ ਦੀਆਂ ਸਹੂਲਤਾਂ ਨੇ, ਉਹ ਪਿੰਡਾਂ 'ਚ ਵੀ ਪਹੁੰਚਣ। ਉਹਦੇ ਕਰਕੇ ਇਹ ਸਮਾਰਟ ਵਿਲੇਜ ਕੰਪੇਨ ਸਕੀਮ ਚਲਾਈ ਗਈ। ਇਹਦੇ ਮੇਨ ਫੀਚਰ ਇਹ ਨੇ ਵੀ ਜਿਹੜਾ ਹਰ ਪਿੰਡ 'ਚ ਸੀਵਰ ਸਿਸਟਮ ਹੋਣਾ ਚਾਹੀਦਾ, ਵਾਟਰ ਸਪਲਾਈ ਸੈਨੀਟੇਸ਼ਨ ਸਿਸਟਮ ਹੋਣਾ ਚਾਹੀਦਾ। ਅੱਗੇ ਬ੍ਰਿਕ ਪੇਵਿੰਗ ਹੁੰਦੀ ਸੀ ਰਾਹੁਲ ਜੀ, ਹੁਣ ਟਾਈਲਸ ਪੇਵਿੰਗ ਲੋਕ ਮੰਗ ਰਹੇ ਨੇ ਪਿੰਡਾਂ 'ਚ, ਹੁਣ ਟਾਈਲਸ ਪੇਵਿੰਗ ਹੋ ਰਹੀ ਆ, ਸਟਰੀਟ ਲਾਈਟਸ ਲੱਗ ਰਹੀਆਂ ਨੇ, ਸੋਲਰ ਸਟਰੀਟ ਲਾਈਟਸ ਲੱਗ ਰਹੀਆਂ ਨੇ, ਜਿਹੜੀ ਵਿਲੇਜ ਦੀ ਰਿੰਗ ਰੋਡ ਆ ਉਸਨੂੰ ਪੱਕਾ ਕੀਤਾ ਜਾ ਰਿਹਾ। ਇਸ ਤਰ੍ਹਾਂ ਜਿਹੜੀਆਂ ਨੈਸੈਸਿਟੀਜ਼ ਨੇ ਉਹ ਪਿੰਡਾਂ 'ਚ ਹੀ ਪਹੁੰਚਾਈਆਂ ਜਾ ਰਹੀਆਂ ਨੇ, ਤਾਂ ਜੋ ਪਿੰਡਾਂ ਦਾ ਐਟਮੋਸਫੇਅਰ ਜਿਹੜਾ ਕਲੀਨ ਅਤੇ ਗ੍ਰੀਨ ਐਟਮੋਸਫੇਅਰ ਹੋਏ, ਇਨਵਾਇਰਮੈਂਟ ਕਲੀਨ ਅਤੇ ਗ੍ਰੀਨ ਹੋਏ, ਤਾਂ ਜੋ ਲੋਕ ਸ਼ਹਿਰਾਂ ਦੀ ਜਾਣ ਦੀ ਬਜਾਏ ਪਿੰਡਾਂ 'ਚ ਰਹਿਣਾ ਫਖਰ ਮਹਿਸੂਸ ਕਰ ਸਕਣ। ਇਸ ਸੋਚ ਦੇ ਥੱਲੇ ਇਹ ਸਾਰਾ ਸਮਾਰਟ ਵਿਲੇਜ ਕੰਪੇਨ ਸ਼ੁਰੂ ਕੀਤਾ ਗਿਆ ਸੀ। ਫਸਟ ਫੇਜ਼ ਬੜਾ ਵਧੀਆ ਕੰਪਲੀਟ ਹੋ ਚੁੱਕਾ, ਸੈਕਿੰਡ ਫੇਜ਼ 'ਚ ਅੱਜ ਤੁਸੀਂ ਇਨੈਗੋਰੇਟ ਕਰਨਾ। ਇਹਦੀ ਮੇਨ ਗੱਲ ਇਹ ਹੈ ਰਾਹੁਲ ਜੀ, ਇਹ ਸਾਰਾ ਸਿਸਟਮ, ਸਾਰੀ ਸਕੀਮ ਪਿੰਡ ਦੀਆਂ ਪੰਚਾਇਤਾਂ ਨੇ ਪੂਰੀ ਕੀਤੀ ਆ, ਸਾਰਾ ਕੰਮ ਪਿੰਡ ਦੀਆਂ ਪੰਚਾਇਤਾਂ ਕਰ ਰਹੀਆਂ ਨੇ, ਕੋਈ ਸਰਪੰਚ ਬੜੀ ਲਗਨ ਨਾਲ ਕੰਮ ਕਰ ਰਹੇ ਨੇ। ਸਾਡਾ ਡਿਪਾਰਟਮੈਂਟ ਸਿਰਫ ਇੰਜੀਨੀਅਰਿੰਗ ਅਸਿਸਟੈਂਸ ਉਹਨਾਂ ਦੇ ਰਿਹਾ, ਉਹਦੇ ਗਾਈਡੈਂਸ ਥੱਲੇ ਇਹ ਕੰਪੇਨ ਬਾਖੂਬੀ ਚੱਲ ਰਿਹਾ। ਜਿਹੜੀ ਕੈਪਟਨ ਸਾਹਿਬ ਦੀ ਸੋਚ ਹੈ ਵੀ ਸਾਡੇ ਪਿੰਡ ਸਾਫ਼ ਸੁਥਰੇ ਰਹਿਣ, ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ।
ਤੁਸੀਂ ਜਾਣਦੇ ਹੋ ਕਿ ਸਾਡੇ ਪੰਜਾਬ ਦੇ ਤਿੰਨ ਰੀਜਨ ਨੇ, ਮਾਝਾ, ਮਾਲਵਾ, ਦੁਆਬਾ। ਸੋ ਮੈਂ ਆਪਣੀ ਗੱਲ ਬਹੁਤ ਹੀ ਲੰਬੀ ਨਾ ਕਰਦਾ ਹੋਇਆ, ਅਸੀਂ ਇਹਨਾਂ ਤਿੰਨਾਂ ਰੀਜਨ 'ਚੋਂ ਤਿੰਨ ਸਰਪੰਚ, ਇੱਕ ਇੱਕ ਰੀਜਨ 'ਚ ਇੱਕ ਇੱਕ ਸਰਪੰਚ ਸੱਦਿਆ। ਮੈਂ ਉਹਨਾਂ ਸਰਪੰਚਾਂ ਨੂੰ ਤੁਹਾਡੇ ਸਨਮੁੱਖ ਕਰਨਾ ਚਾਹਾਂਗਾ। ਅਤੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਪੰਚ ਤੇਜਵੀਰ ਸਿੰਘ, ਡਿਸਟ੍ਰਿਕਟ ਗੁਰਦਾਸਪੁਰ, ਕੋਟਲੀ ਪਿੱਟੇਵਡ, ਤੇਜਵੀਰ ਸਿੰਘ। ਮੈਂ ਤੇਜਵੀਰ ਸਿੰਘ, ਸਰਪੰਚ ਗ੍ਰਾਮ ਪੰਚਾਇਤ ਕੋਟਲੀ ਪਿੱਟੇਵਡ, ਬਲਾਕ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ। ਸ਼੍ਰੀ ਰਾਹੁਲ ਗਾਂਧੀ ਜੀ, ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਚਾਖੜ ਸਾਹਿਬ, ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਕੈਪਟਨ ਮੰਤਰੀ ਪੰਜਾਬ, ਅਤੇ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਕੈਪਟਨ ਮੰਤਰੀ ਪੰਜਾਬ ਜੀ ਦਾ ਧੰਨਵਾਦੀ ਹਾਂ, ਜੋ ਕਿ ਸਮਾਰਟ ਵਿਲੇਜ ਕੰਪੇਨ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੀ ਸ਼ੁਰੂਆਤ ਨਾਲ ਪੰਜਾਬ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ। ਇਸ ਪੜਾਅ ਦੇ ਪਹਿਲੇ ਪੜਾਅ ਦੇ ਅਧੀਨ ਮੇਰੇ ਪਿੰਡ ਨੂੰ 8 ਲੱਖ ਦੀ ਗ੍ਰਾਂਟ ਥਾਪੜ ਮਾਡਲ ਛੱਪੜ ਬਣਾਉਣ ਅਧੀਨ ਪ੍ਰਾਪਤ ਹੋਈ ਸੀ, ਜੋ ਕਿ ਕੰਮ ਮੁਕੰਮਲ ਹੋ ਚੁੱਕਾ ਆ ਅਤੇ ਹੁਣ ਗਲੀਆਂ ਨਾਲੀਆਂ ਦੀ ਉਸਾਰੀ ਵਾਸਤੇ 8 ਲੱਖ ਰੁਪਈਆ ਅਤੇ ਖੇਡ ਮੈਦਾਨ ਵਾਸਤੇ 4 ਲੱਖ ਦੀ ਗ੍ਰਾਂਟ ਪ੍ਰਾਪਤ ਹੋਈ ਆ, ਜੋ ਕਿ ਕੰਮ ਚੱਲ ਰਹੇ ਹਨ। ਖੇਡ ਗਰਾਊਂਡ ਪਿੰਡਾਂ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਆ, ਤਾਂ ਜੋ ਪੰਜਾਬ ਪਿੰਡ ਦੇ ਬੱਚੇ ਬੱਚੀਆਂ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਅਤੇ ਨੌਜਵਾਨ ਵਰਗ ਨਸ਼ਿਆਂ ਤੋਂ ਦੂਰ ਰਹਿ ਸਕੇ। ਇਸ ਨਰੇਗਾ ਸਕੀਮ ਦੇ ਤਹਿਤ ਪਿੰਡ ਦੇ ਲੋੜਵੰਦ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੁੰਦਿਆ। ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਅਤੇ ਖੁਦ ਕਿਸਮਤ ਸਮਝਦਾ ਹਾਂ ਕਿ ਕੈਪਟਨ ਸਾਹਿਬ ਦੀ ਰਹਿਨਮਾਈ ਹੇਠ ਮੈਂ ਆਪਣੇ ਪਿੰਡ ਦਾ ਬਹੁਪੱਖੀ ਵਿਕਾਸ ਕਰਾ ਸਕਿਆ। ਮੈਂ ਧੰਨਵਾਦੀ ਹਾਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ, ਕੈਪਟਨ ਮੰਤਰੀ ਪੰਜਾਬ, ਉਹਨਾਂ ਦੀ ਰਹਿਨਮਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਬਹੁਤ ਤੇਜ਼ੀ ਨਾਲ ਹੋ ਰਿਹਾ ਆ। ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਕਿ ਉਹਨਾਂ ਵੱਲੋਂ ਸਮਾਰਟ ਵਿਲੇਜ ਕੰਪੇਨ ਚਲਾ ਕੇ ਪੰਜਾਬ ਦੇ ਪਿੰਡਾਂ ਨੂੰ ਜਿਹੜੀਆਂ ਗ੍ਰਾਂਟਾਂ ਮੁਹੱਈਆ ਕਰਾਈਆਂ ਜਾਂ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ। ਮੈਂ ਆਪਣੇ ਪਿੰਡ ਦੇ ਪੂਰੇ ਵਿਕਾਸ ਦਾ ਯਕੀਨ ਦਿਵਾਉਂਦਾ ਹਾਂ ਅਤੇ ਸਰਕਾਰ ਵੱਲੋਂ ਮਿਲਿਆ ਇੱਕ ਇੱਕ ਪੈਸਾ ਬਿਨਾਂ ਕਿਸੇ ਭੇਦਭਾਵ ਦੇ ਨਾਲ ਆਪਣੇ ਪਿੰਡ ਦਾ ਵਿਕਾਸ ਕਰਾਵਾਂਗਾ, ਤਾਂ ਜੋ ਮੇਰੇ ਪਿੰਡ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮਿਲ ਸਕਣ। ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਕਿ ਉਹਨਾਂ ਵੱਲੋਂ ਰਾਜ ਵਿੱਚ ਚਲਾਈਆਂ ਵੱਖ ਵੱਖ ਸਕੀਮਾਂ ਦਾ ਲੋਕ ਭਰਪੂਰ ਲਾਭ ਲੈ ਰਹੇ ਹਨ ਅਤੇ ਖੁਸ਼ਹਾਲ ਹੋ ਰਹੇ ਹਨ। ਮੈਂ ਮਾਣਯੋਗ ਸ਼੍ਰੀ ਰਾਹੁਲ ਗਾਂਧੀ ਜੀ, ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ, ਜਾਖੜ ਸਾਹਿਬ, ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਕੈਪਟਨ ਮੰਤਰੀ ਪੰਜਾਬ ਅਤੇ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਕੈਪਟਨ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਦੇਣ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਜਦਕਾ ਸਦਕਾ ਪਿੰਡਾਂ ਦੀ ਨੁਹਾਰ ਬਦਲੀ, ਪਿੰਡਾਂ ਦਾ ਵਿਕਾਸ ਹੋਇਆ ਅਤੇ ਪੰਜਾਬ ਖੁਸ਼ਹਾਲੀ ਦੇ ਰਾਹ ਵੱਲ ਵੱਧ ਰਿਹਾ ਹੈ। ਮੈਂ ਪੰਜਾਬ ਸਰਕਾਰ ਦੇ
ਇਸ ਵਡਮੁੱਲੇ ਕਦਮ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਸ ਨਾਲ ਪੰਜਾਬ ਸਾਡਾ ਖੁਸ਼ਹਾਲ ਹੋ ਰਿਹਾ ਅਤੇ ਅੱਗੇ ਵੱਧ ਰਿਹਾ ਹੈ। ਧੰਨਵਾਦ। ਮੈਂ ਹੁਣ ਸਰਦਾਰ ਬਲਵੀਰ ਸਿੰਘ ਦੌਂਕਲਾਂ ਪਟਿਆਲਾ ਦੇ ਸਰਪੰਚ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਉਹ ਆਪਣੀ ਗੱਲ ਕਰ ਲੈ। ਮੈਂ ਬਲਵੀਰ ਸਿੰਘ ਢੀਂਡਸਾ, ਸਰਪੰਚ ਪਿੰਡ ਦੌਣਕਲਾਂ ਬਲਾਕ ਸਤੌਰ ਜ਼ਿਲ੍ਹਾ ਪਟਿਆਲਾ, ਮਾਨਯੋਗ ਸ਼੍ਰੀ ਰਾਜੀਵ ਗਾਂਧੀ ਜੀ, ਮਾਨਯੋਗ CM ਕੈਪਟਨ ਅਮਰਿੰਦਰ ਸਿੰਘ ਜੀ ਦਾ ਤਹਿ ਦਿਲ ਨੂੰ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਮੇਂ ਸਮੇਂ ਸਿਰ ਵੱਖ ਵੱਖ ਗ੍ਰਾਂਟਾਂ ਜਾਰੀ ਕਰਕੇ ਮੇਰੇ ਪਿੰਡ ਦੌਣਕਲਾਂ ਦਾ ਮਾਣ ਵਧਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਕੰਪੇਨ ਫੇਜ਼ 1 ਤਹਿਤ ਇਸ ਨਗਰ ਵਿੱਚ ਬਹੁਤ ਹੀ ਜ਼ਰੂਰੀ ਗਲੀਆਂ ਨਾਲੀਆਂ ਦਾ ਜੋ ਉਸਾਰੀ ਕਰਵਾਈ ਗਈ ਹੈ ਅਤੇ ਪਿੰਡ ਵਿੱਚ ਬਾਬਾ ਮਸਤ ਰਾਮ ਦੀ ਇਤਿਹਾਸਕ ਧਰਮਸ਼ਾਲਾ ਦੀ ਉਸਾਰੀ ਕਰਵਾ ਕੇ ਅਸੀਂ ਸ਼ੈੱਡ ਬਣਾਏ ਗਏ ਹਨ ਤਾਂ ਜੋ ਗਰੀਬ ਲੋਕ ਅਤੇ ਹੋਰ ਲੋੜਵੰਦਾਂ ਨਾਲ ਆਪਣਾ ਕੋਈ ਸਮਾਜਿਕ ਜਾਂ ਧਾਰਮਿਕ ਪ੍ਰੋਗਰਾਮ ਕਰ ਸਕਣ। ਇਹਦੇ ਨਾਲ ਹੀ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਦੇ ਜੋ ਵੀ ਅਧੂਰੇ ਕੰਮ ਸੀ ਉਹ ਅਸੀਂ ਕਰਵਾ ਕੇ ਦਿੱਤੇ ਗਏ ਹਨ। ਹੁਣ ਮੈਂ ਇੱਕ ਵਾਰ ਫਿਰ ਸਭ ਦਾ ਧੰਨਵਾਦ ਕਰਦਾ ਹਾਂ ਕਿ ਫੇਜ਼ 2 ਅਧੀਨ ਜੋ ਵੀ ਪਿੰਡ ਵਾਸੀਆਂ ਨੂੰ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਮੈਂ ਉਸਦੇ ਜੋ ਵੀ ਕੰਮ ਅਧੂਰੇ ਰਹੇ ਨੇ ਜਿਸ ਤਰ੍ਹਾਂ ਜਿਹੜੇ ਗਲੀਆਂ ਨਾਲੀਆਂ ਸਟਰੀਟ ਲਾਈਟਾਂ ਬੱਸ ਸਟੈਂਡ ਸਮਸਾਨ ਘਾਟਾਂ ਦੀ ਸਾਰੀ ਗਲੀਆਂ ਪਾਈਪਲਾਈਨ ਆਦਿ ਦਾ ਖਰਚਾ ਜੋ ਵੀ ਅਸੀਂ ਕਰਾਂਗੇ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 16 ਕੰਪਿਊਟਰ ਲੈਬ ਚੱਲ ਰਹੀ ਹੈ ਜਿਸ ਨਾਲ ਬੱਚਿਆਂ ਦਾ ਬਹੁਮੁਖੀ ਵਿਕਾਸ ਹੋਇਆ ਹੈ। ਇਸ ਪਿੰਡ ਵਿੱਚ ਪੰਚਾਇਤ ਘਰ ਦੀ ਉਸਾਰੀ ਵੀ ਚੱਲ ਰਹੀ ਹੈ ਜਿਸ ਵਿੱਚ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ। ਪਿੰਡ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਉੱਤੇ ਅਸੀਂ ਪਿੰਡ ਦੇ 550 ਬੂਟਾ ਲਗਵਾਇਆ ਜਿਨ੍ਹਾਂ ਵਿੱਚ ਕੁਛ ਸ਼ਾਨਦਾਰ ਅਤੇ ਫਲਦਾਰ ਬੂਟੇ ਲਗਾਏ ਗਏ ਸਨ। ਇਸ ਅਭਿਆਨ ਰਾਹੀਂ ਪਿੰਡਾਂ ਦਾ ਬਹੁਤ ਫੁੱਕੀ ਵਿਕਾਸ ਹੋਵੇਗਾ ਅਤੇ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਇਸ ਨਾਲ ਪੰਜਾਬ ਦੇ ਪਿੰਡਾਂ ਵਿੱਚ ਸਮਾਜਿਕ ਅਤੇ ਆਰਥਿਕ ਬਰਾਬਰਤਾ ਕਾਇਮ ਰਹੇਗੀ। ਸੋ ਅੰਤ ਵਿੱਚ ਮੈਂ ਸ਼੍ਰੀ ਰਾਹੁਲ ਗਾਂਧੀ ਜੀ ਅਤੇ CM ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਫੇਜ਼ 2 ਪੜਾਅ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜੈ ਹਿੰਦ। ਮੈਂ ਹੁਣ ਸ਼੍ਰੀਮਤੀ ਕਮਲੇਸ਼ ਰਾਣੀ, ਸਰਪੰਚ ਮਾਨੂਕੋ ਜਲੰਧਰ ਨੂੰ ਬੇਨਤੀ ਕਰਾਂਗਾ ਵੀ ਉਹ ਆਪਣੀ ਗੱਲ ਕਰੇ। ਮੈਂ ਕਮਲੇਸ਼ ਰਾਣੀ, ਸਰਪੰਚ ਗ੍ਰਾਮ ਪੰਚਾਇਤ ਮਾਨੂਕੋ, ਬਲਾਕ ਆਦਮਪੁਰ, ਜ਼ਿਲ੍ਹਾ ਜਲੰਧਰ। ਸਤਿਕਾਰਯੋਗ ਰਾਹੁਲ ਗਾਂਧੀ ਜੀ ਅਤੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਹੋਣਾ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਵੱਲੋਂ ਸਮਾਰਟ ਵਿਲੇਜ ਮੁਹਿੰਮ ਨੂੰ ਅੱਜ ਦੂਜੇ ਪੜਾਅ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ। ਸਾਡੇ ਪਿੰਡ ਵਿੱਚ ਵੀ ਸਮਾਰਟ ਵਿਲੇਜ ਮੁਹਿੰਮ ਦੇ ਤਹਿਤ ਬਹੁਤ ਹੀ ਵਿਕਾਸ ਦੇ ਕਾਰਜ ਕੀਤੇ ਗਏ ਹਨ ਜੋ ਕਿ ਫੇਸ 1 ਦੇ ਵਿੱਚ ਸਾਨੂੰ ਜੋ ਵੀ ਫੰਡ ਪ੍ਰਾਪਤ ਹੋਏ ਸਨ ਅਸੀਂ ਉਹਨਾਂ ਨਾਲ ਗਲੀਆਂ ਨਾਲੀਆਂ ਦਾ ਕੰਮ ਕਰਵਾਇਆ ਹੈ ਜੋ ਕਿ ਸਾਡੇ ਪਿੰਡ ਵਿੱਚ ਗਲੀਆਂ ਨਾਲੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਹੁਣ ਗਲੀਆਂ ਨਾਲੀਆਂ ਨੂੰ ਪੱਕੀਆਂ ਕਰਵਾਇਆ ਜਾ ਰਿਹਾ ਹੈ। ਅਸੀਂ ਕੈਪਟਨ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਵਿਸ਼ਵਾਸ ਦਵਾਉਂਦੇ ਹਾਂ ਕਿ ਜੋ ਵੀ ਸਾਨੂੰ ਅੱਗੇ ਤੋਂ ਉਹਨਾਂ ਪਾਸੋਂ ਫੰਡ ਪ੍ਰਾਪਤ ਹੋਣਗੇ ਅਸੀਂ ਉਹਨਾਂ ਦਾ ਪੂਰੀ ਇਮਾਨਦਾਰੀ ਨਾਲ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਉਪਯੋਗ ਕਰਾਂਗੇ। ਇਸ ਤੋਂ ਇਲਾਵਾ ਅਸੀਂ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਦੀ ਰਹਿਨੁਮਾਈ ਹੇਠ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਸਮਾਰਟ ਵਿਲੇਜ ਮੁਹਿੰਮ ਦੇ ਤਹਿਤ
ਪੰਜਾਬ ਵਿੱਚ ਪਿੰਡਾਂ ਨੂੰ ਸ਼ਹਿਰਾਂ ਵਰਗਾ ਮਾਹੌਲ ਮਿਲ ਰਿਹਾ ਹੈ ਕਿਉਂਕਿ ਪਿੰਡਾਂ ਵਿੱਚ ਹੁਣ ਪੰਜਾਬ ਸਰਕਾਰ ਦੀ ਇਸ ਮੁਹਿੰਮ ਦੇ ਤਹਿਤ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ, ਸੜਕਾਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ, ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ ਅਤੇ ਜੋ ਵੀ ਛੱਪੜ ਹਨ ਉਹਨਾਂ ਦੀ ਸਫਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿੱਥੇ ਵੀ ਗੰਦੇ ਪਾਣੀ ਦਾ ਨਿਕਾਸ ਕਰਨਾ ਚਾਹੀਦਾ ਹੈ ਵਧੀਆ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਪੰਚਾਇਤਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ ਜਿਸ ਵਿੱਚ ਪਿੰਡਾਂ ਵਿੱਚ ਬੱਚਿਆਂ ਅਤੇ ਮਹਿਲਾਵਾਂ ਲਈ ਜੋ ਵੀ ਪੰਜਾਬ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਬਾਰੇ ਦੱਸਿਆ ਜਾਂਦਾ ਹੈ। ਅਸੀਂ ਅੱਗੋਂ ਆਪਣੇ ਪਿੰਡ ਵਿੱਚ ਔਰਤਾਂ ਨੂੰ ਅਤੇ ਬੱਚਿਆਂ ਨੂੰ ਉਹਨਾਂ ਸਕੀਮਾਂ ਬਾਰੇ ਦੱਸਦੇ ਹਾਂ ਅਤੇ ਉਹਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜੋ ਕਿ ਇਸ ਮੁਹਿੰਮ ਨੂੰ ਚਲਾ ਰਹੇ ਹਨ। ਸੋ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਇਹਨਾਂ ਵਿਕਾਸ ਦੇ ਕੰਮਾਂ ਦੇ ਨਾਲ ਨਾਲ ਪਿੰਡ ਵਿੱਚ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲ ਰਹੇ ਹਨ, ਔਰਤਾਂ ਨੂੰ ਵੀ ਰੁਜ਼ਗਾਰ ਮਿਲ ਰਿਹਾ ਹੈ ਜਿਸ ਵਿੱਚ ਕੀ ਹੈ ਕਿ ਔਰਤਾਂ ਨੂੰ ਪਹਿਲਾਂ ਪਿੰਡ ਤੋਂ ਬਾਹਰ ਕੰਮਾਂ ਲਈ ਜਾਣਾ ਪੈਂਦਾ ਸੀ ਅਤੇ ਹੁਣ ਉਹਨਾਂ ਨੂੰ ਪਿੰਡ ਵਿੱਚ ਹੀ ਕੰਮ ਮਿਲ ਰਿਹਾ ਹੈ ਜਿਸ ਨਾਲ ਉਹਨਾਂ ਦਾ ਆਰਥਿਕ ਪੱਧਰ ਵੀ ਉੱਚਾ ਉੱਠ ਰਿਹਾ ਹੈ। ਸੋ ਅਸੀਂ ਮੈਂ ਅਤੇ ਮੇਰੀ ਪੂਰੀ ਪੰਚਾਇਤ ਕੈਪਟਨ ਸਰਕਾਰ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਕਿ ਕਹਿ ਲਓ ਕਿ ਪੂਰੇ ਪੰਜਾਬ ਦਾ ਬਹੁਤ ਹੀ ਉੱਚ ਪੱਧਰ 'ਤੇ ਵਿਕਾਸ ਹੋ ਰਿਹਾ ਹੈ। ਹੋਰ ਕੁਛ ਜ਼ਿਆਦਾ ਨਾ ਕਹਿੰਦੇ ਹੋਏ ਮੈਂ ਆਪਣੇ ਵੱਲੋਂ ਅਤੇ ਆਪਣੀ ਪੂਰੀ ਪੰਚਾਇਤ ਵੱਲੋਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹੋਣਾ ਦਾ ਅਤੇ ਪੰਚਾਇਤ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਦੂਜੇ ਫੇਸ ਵਿੱਚ ਲਿਆਂਦਾ ਹੈ ਅਤੇ ਆਸ ਕਰਦੇ ਹਾਂ ਕਿ ਪੰਜਾਬ ਦਾ ਬਹੁਤ ਹੀ ਵੱਡੇ ਪੱਧਰ 'ਤੇ ਵਿਕਾਸ ਹੋਵੇਗਾ। ਥੈਂਕ ਯੂ ਜੀ। ਮੈਂ ਹੁਣ ਫਾਈਨੈਂਸ ਮਿਨਿਸਟਰ ਮਨਪ੍ਰੀਤ ਜੀ ਬਾਦਲ ਨੂੰ ਬੇਨਤੀ ਕਰਾਂਗਾ ਕਿਉਂਕਿ ਇਹਨਾਂ ਦੀ ਕੋਆਪਰੇਸ਼ਨ ਬਿਨਾਂ ਕੋਈ ਵੀ ਸਕੀਮ ਸਿਰੇ ਨਹੀਂ ਚੜ੍ਹ ਸਕਦੀ। ਇਹ ਜਿੰਨਾ ਖੁੱਲ੍ਹਾ ਦਿਲ ਸਾੜੀ ਰੱਖਣਗੇ ਉਨੀਆਂ ਸਕੀਮਾਂ ਸਿਰੇ ਚੜ੍ਹਨਗੀਆਂ। ਮਨਪ੍ਰੀਤ ਜੀ ਬਾਦਲ ਜੀ। ਇੱਜ਼ਤ ਮਾਪ ਰਾਹੁਲ ਗਾਂਧੀ ਸਾਹਿਬ, ਸਾਡੇ ਪੰਜਾਬ ਦੇ ਹਰਦਿਲ ਅਜ਼ੀਜ਼ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ, ਔਰ ਸਾਡੇ ਬਹੁਤ ਹੀ ਕਾਬਿਲ ਅਤੇ ਫਾਜ਼ਿਲ PPCC ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਸਾਹਿਬ, ਮੇਰੇ ਮਿਨਿਸਟਰ ਕੋਲੀਗਸ, ਮੇਰੇ MLA ਕੋਲੀਗਸ ਔਰ ਪੰਜਾਬ ਦੇ ਅਫਸਰ ਸਾਹਿਬਾਨ, ਨਿਹਾਇਤ ਖੁਸ਼ੀ ਅਤੇ ਮੁਸਰਤ ਦਾ ਮੁਕਾਮ ਹੈ ਕਿ ਸਮਾਰਟ ਵਿਲੇਜ ਕੈਂਪੇਨ ਦਾ ਅੱਜ ਰਸਮੀ ਤੌਰ 'ਤੇ ਆਗਾਜ਼ ਹੋ ਰਿਹਾ ਔਰ ਇਸ ਮੁਬਾਰਕ ਮੌਕੇ 'ਤੇ ਮੈਂ ਰੂਰਲ ਡਿਵੈਲਪਮੈਂਟ ਮਿਨਿਸਟਰ ਤ੍ਰਿਪਤ ਬਾਜਵਾ ਸਾਹਿਬ ਔਰ ਉਹਨਾਂ ਨਾਲ ਜਿੰਨਾ ਵੀ ਅਮਲਾ ਕਰਦਾ ਕੰਮ ਕਰਦਾ, ਸੀਮਾ ਜੈਨ ਜਿਹੜੇ ਸੈਕਰਟਰੀ ਹੈ, ਸ਼ੀ ਇਜ਼ ਦਾ ਹਾਈਐਸਟ, ਪਰ ਜਿਹੜੇ ਛੋਟੇ ਤੋਂ ਛੋਟਾ ਅਮਲਾ ਤੁਹਾਡਾ ਕੰਮ ਕਰ ਰਿਹਾ ਪੰਚਾਇਤ ਸੈਕਰਟਰੀ ਤੱਕ, ਮੈਂ ਤੁਹਾਨੂੰ ਇਸ ਮੌਕੇ 'ਤੇ ਦਿੱਲੀ ਤੌਰ 'ਤੇ ਵਧਾਈ ਦੇਣੀ ਚਾਹੁੰਦਾ, ਮੈਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦਾ। ਯਕੀਨਨ ਪੰਜਾਬ ਕੀ ਕਿਸਮਤ ਕੋ ਬਦਲਨਾ, ਪੰਜਾਬ ਮੇਂ ਖਸਤਾ ਹਾਲੀ ਕਾ ਖਾਤਮਾ ਕਰਨਾ ਔਰ ਪੰਜਾਬ ਕੋ ਪੁਰਾਣੇ ਜੋ ਪੰਜਾਬ ਕਾ ਮੁਕਾਮ ਹੈ, ਪੰਜਾਬ ਕੀ ਸ਼ਾਨੋ ਸ਼ੌਕਤ, ਪੰਜਾਬ ਕੀ ਅਜ਼ਮਤ ਕੋ ਬਹਾਲ ਕਰਨਾ, ਇਹ ਕੈਪਟਨ ਸਾਹਿਬ ਕੀ ਸਰਕਾਰ ਕਾ ਤੈਅਸ਼ੁਦਾ ਫੈਸਲਾ ਹੈ। ਅੱਜ ਦੂਸਰਾ ਫੇਜ਼ ਸਮਾਰਟ ਵਿਲੇਜ ਕੈਂਪੇਨ ਦਾ ਉਹਦਾ ਆਗਾਜ਼ ਹੋਣ ਜਾ ਰਿਹਾ। ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ 835 ਕਰੋੜ ਰੁਪਏ ਨਾਲ
ਇਹ ਸਕੀਮ ਚਲਾਈ ਗਈ ਸੀ ਔਰ ਇਹ ਬੜੀ ਕਾਮਯਾਬ ਸਕੀਮ ਹੈ ਔਰ ਇਸੀ ਲਈ ਇਹਨੂੰ 3 ਗੁਣਾ ਸਕੇਲ ਅਪ ਕਰਕੇ ਇਹਨੂੰ 2700 ਕਰੋੜ ਤੇ ਲੈ ਕੇ ਆਏ ਹੈ ਔਰ ਮੈਂ ਆਸ ਰੱਖਾਂਗਾ ਕਿ ਜਿਵੇਂ ਜੰਗ ਦੀ ਹਾਲਾਤ ਦੇ ਵਿੱਚ ਹੰਗਾਮੀ ਸੂਰਤ ਦੇ ਵਿੱਚ ਔਨ ਅ ਵਾਰ ਫੁਟਿੰਗ ਇਸ ਸਾਲ ਦੇ ਵਿੱਚ ਇਹਨੂੰ ਕੰਪਲੀਟ ਕਰ ਲਿਆ ਜਾਏਗਾ ਸਾਰੀ ਰਕਮ ਖਰਚ ਕਰ ਦਿੱਤੀ ਜਾਏਗੀ ਤਾਂ ਕਿ ਅਗਲੇ ਸਾਲ ਮਜ਼ੀਦ ਜਿਹੜਾ ਹੈ ਇਸ ਕੰਮ ਦੇ ਵਿੱਚ ਤੇਜ਼ੀ ਲਿਆਈ ਜਾ ਸਕੇ ਰਾਹੁਲ ਸਾਹਿਬ ਜਿਤਨੀ ਵੀ ਨੈਸ਼ਨਲ ਸਰਵੇਜ਼ ਆਈ ਹੈ ਵੈਦਰ ਇਟ ਇਜ਼ ਇੰਡੀਆ ਟੂਡੇ ਐਂਡ ਅਦਰ ਤੋ ਪੰਜਾਬ ਕਾ ਜੋ ਇਨਫਰਾਸਟ੍ਰਕਚਰ ਹੈ ਰੂਰਲ ਅਰਬਨ ਯੂ ਨੋ ਐਗਰੀਕਲਚਰ ਸੋਨ ਐਂਡ ਸੋ ਫੋਰਥ ਪੰਜਾਬ ਹਮੇਸ਼ਾ ਇਹਦੇ ਵਿੱਚ ਨੰਬਰ 1 ਤੇ ਇਟਸ ਅ ਨੰਬਰ 1 ਸਟੇਟ ਬਟ ਕਿਸੇ ਵੀ ਹਾਲਾਤ ਦੇ ਵਿੱਚ ਸੰਤੁਸ਼ਟ ਹੋ ਕੇ ਬੈਠ ਜਾਣਾ ਮੁਤਮਈਨ ਹੋ ਕੇ ਬੈਠ ਜਾਣਾ ਇਹ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਨਹੀਂ ਹੁੰਦੀ ਬਹੁਤ ਸਾਰੀਆਂ ਤਰੱਕੀ ਦੀਆਂ ਮੰਜ਼ਿਲਾਂ ਉਹ ਪੰਜਾਬ ਦੇ ਕਦਮਾਂ ਦੇ ਮੁੰਤਜ਼ਰ ਹੈ ਔਰ ਜੋ ਬੁਨਿਆਦੀ ਸਾਡੀ ਸਰਕਾਰ ਕਾਂਗਰਸ ਸਰਕਾਰ ਦਾ ਜੋ ਫਰਜ਼ ਹੈ ਔਰ ਸਾਡਾ ਧਰਮ ਹੈ ਬੁਨਿਆਦੀ ਸਾਡਾ ਫਰਜ਼ ਹੈ ਕਿ ਜਿਹੜੇ ਪੰਜਾਬ ਦੇ ਬੇਟੇ ਅਤੇ ਬੇਟੀਆਂ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ ਖੁਸ਼ਹਾਲ ਜ਼ਿੰਦਗੀ ਬਸਰ ਕਰ ਸਕਣ ਔਰ ਜਿਹੜੇ ਲੋਕ ਮੇਰੀ ਆਵਾਜ਼ ਸੁਣ ਰਹੇ ਹੈ ਤਮਾਮ ਪੰਜਾਬ ਦੇ ਡਿਸਟ੍ਰਿਕਟਸ ਦੇ ਵਿੱਚ ਤੁਸੀਂ ਇਹਨੂੰ ਇਹ ਸਤਿਬਾਰ ਨਾ ਪੜਿਓ ਕਿ ਅੱਜ ਤੋਂ 2 ਦਿਨ ਕਬਲ ਕੈਪਟਨ ਸਰਕਾਰ ਨੇ 1 ਲੱਖ ਨੌਕਰੀ 1 ਲੱਖ ਗਵਰਨਮੈਂਟ ਜੋਬਸ ਅਗਲੇ 15 ਮਹੀਨਿਆਂ ਦੇ ਵਿੱਚ ਪੰਜਾਬ ਦੇ ਬੱਚਿਆਂ ਨੂੰ ਮੁਹੱਈਆ ਕਰਨ ਦਾ ਜੋ ਫੈਸਲਾ ਲਿਆ ਔਰ ਉਹਦੇ ਵਿੱਚ ਨੁਮਾਇਆ ਗੱਲ ਇਹ ਹੈ ਕਿ 33% ਰੈਜ਼ਰਵੇਸ਼ਨ ਇਜ਼ ਫੋਰ ਆਰ ਯੰਗ ਗਰਲਸ ਔਰ ਇਹ ਫੈਸਲਾ ਇੱਕ ਬਾ ਹੌਸਲਾ ਸਰਕਾਰ ਹੀ ਲੈ ਸਕਦੀ ਹੈ ਬਾਜਵਾ ਸਾਹਿਬ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮਸਲੇ ਬੜੇ ਹੈ ਪਰ ਸਾਡੇ ਜਜ਼ਬੇ ਤੋਂ ਵੱਡੇ ਨਹੀਂ ਹੈ ਰਸਤਾ ਕਠਿਨ ਹੈ ਪਰ ਸਾਡੇ ਕੋਲ ਸਫ਼ਰ ਦਾ ਸਮਾਨ ਹੈ ਔਰ ਮੰਜ਼ਿਲ ਜਿਹੜੀ ਹੈ ਇਹ ਦੂਰ ਹੈ ਪਰ ਸਾਡੇ ਇਰਾਦੇ ਤੋਂ ਦੂਰ ਨਹੀਂ ਹੈ ਇਸ ਦੇ ਵਿੱਚ ਬੈਠਾ ਹੈ ਆਈ ਐਮ ਸਿਟਿੰਗ ਇਨ ਅ ਬਿਊਟੀਫੁਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਟਿਵ ਕੰਪਲੈਕਸ ਇਟਸ ਏਅਰ ਕੰਡੀਸ਼ਨ ਸਮਾਰਟ ਟੀਵੀਜ਼ ਲੱਗੇ ਹੋਏ ਹੈ ਪਰ ਮੈਂ ਜਿੰਨੇ ਵੀ ਪੰਜਾਬ ਦੇ ਆਫਿਸਰਸ ਹੈ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 1947 ਦੇ ਵਿੱਚ ਜਦੋਂ ਮੁਲਕ ਆਜ਼ਾਦ ਹੋਇਆ ਸੀ ਔਰ ਪੰਜਾਬ ਸਰਕਾਰ ਦੇ ਦਫ਼ਤਰ ਦੇ ਵਿੱਚ ਜੋ ਅਫਸਰ ਹੁੰਦੇ ਸੀ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਕਿ ਅਸੀਂ ਜਿਹੜੇ ਕਾਗਜ਼ ਹੈ ਕਾਗਜ਼ ਨੱਥੀ ਕਰਦੇ ਹਾਂ ਤਾਂ ਲੋਹੇ ਦੇ ਪਿੰਨ ਹੁੰਦੇ ਆ ਆਪਣੇ ਕੋਲ ਪੈਸੇ ਨਹੀਂ ਹੁੰਦੇ ਸੀ ਪਿੰਨ ਖਰੀਦਣ ਵਾਸਤੇ ਔਰ ਪੰਜਾਬ ਦੇ ਆਫਿਸਰਸ ਪਹਿਲਾਂ ਬਾਹਰ ਜਾਇਆ ਕਰਦੇ ਸੀ ਔਰ ਜਿਹੜੀ ਕਿੱਕਰ ਦਾ ਦਰਖਤ ਹੈ ਉਹਦੀਆਂ ਸੂਲਾਂ ਹੁੰਦੀਆਂ ਰਾਹੁਲ ਜੀ ਉਹ ਕਾਂਟੇ ਹੁੰਦੇ ਆ ਬਾਬੂਲ ਕੇ ਪੇੜ ਕੇ ਉਹ ਪਹਿਲੇ ਹਮ ਸੁਬਹਾ ਕਾਂਟੇ ਇਕੱਠੇ ਕਰਿਆ ਕਰਦੇ ਥੇ ਉਸਸੇ ਹਮ ਆਪਣੇ ਕਾਗਜ਼ ਜੋ ਹੈ ਇੱਕ ਦੂਸਰੇ ਸੇ ਅਟੈਚ ਕਰਦੇ ਥੇ ਔਰ ਇਹੀ ਕਾਂਗਰਸ ਸਰਕਾਰ ਹੈ ਜਿਹੜੀ ਕੰਡਿਆਂ ਤੋਂ ਸ਼ੁਰੂ ਹੋਈ ਸੀ ਔਰ ਫਿਰ ਭਾਰਤ ਨੂੰ ਐਟਮੀ ਤਾਕਤ ਬਣਾਇਆ ਜੇ ਐਟਮ ਬੰਬ ਬਣਿਆ ਤਾਂ ਉਹ ਕਾਂਗਰਸ ਪਾਰਟੀ ਨੇ ਬਣਾ ਕੇ ਦਿੱਤਾ ਔਰ ਇਹੀ ਸਰਕਾਰ ਔਰ ਇਹੀ ਜਜ਼ਬਾ ਔਰ ਇਹ ਕਾਂਗਰਸ ਜਿਹਨੇ ਚੰਡੀਗੜ੍ਹ ਸ਼ਹਿਰ ਬਣਾਇਆ ਭਾਖੜਾ ਡੈਮ ਬਣਾਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਾਈ PGI ਬਣਾਇਆ ਪਿੰਡਾਂ ਦੇ ਵਿੱਚ ਸੜਕਾਂ ਆਈਆਂ ਬਿਜਲੀ ਆਈ ਔਰ ਜੋ ਵੀ ਤੁਹਾਨੂੰ ਤਰੱਕੀ ਦੇ ਮਨਸੂਬੇ ਪੰਜਾਬ 'ਚ ਨਜ਼ਰ ਆਉਂਦੇ ਹੈ ਇਹ ਕਾਂਗਰਸ ਪਾਰਟੀ ਦੀ ਕੋਸ਼ਿਸ਼ ਅਤੇ ਕਾਵਿਸ਼ ਹੈ ਔਰ ਕਿਸੇ ਨੂੰ ਇਸ ਗੱਲ ਦੀ
ਗਲਤ ਫਹਿਮੀ ਨਹੀਂ ਹੋਣੀ ਚਾਹੀਦੀ। ਔਰ ਜਾਂਦਾ ਜਾਂਦਾ ਅਖੀਰ ਦੇ ਵਿੱਚ ਮੈਂ ਇਹ ਵੀ ਆਸ ਕਰਾਂਗਾ ਔਰ ਤੁਹਾਨੂੰ ਦਰਖਾਸਤ ਕਰਾਂਗਾ, ਜੋ ਸਰਪੰਚ ਮੇਰੀ ਆਵਾਜ਼ ਸੁਣ ਰਿਹਾ, ਇਹ ਜਿਹੜਾ 2700 ਕਰੋੜ ਰੁਪਏ, ਇਸਨੂੰ ਰੁਪਇਆ ਮਤ ਸਮਝਿਆ ਜੇ, ਇਹ ਪੰਜਾਬ ਦੇ ਲੋਕਾਂ ਦੇ ਖੂਨ ਅਤੇ ਪਸੀਨੇ ਦੀ ਕਮਾਈ ਹੈ। ਇਹਦੇ 'ਚੋਂ ਇੱਕ ਵੀ ਪੈਸਾ ਜਿਹੜਾ ਹੈ ਇਹਦੀ ਫਜ਼ੂਲ ਖਰਚੀ ਨਹੀਂ ਹੋਣੀ ਚਾਹੀਦੀ, ਇਹ ਜ਼ਾਇਆ ਨਹੀਂ ਹੋਣਾ ਚਾਹੀਦਾ। ਔਰ ਇਹ ਆਪਣੇ ਉਹ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਨੇ ਆਪਾਂ ਨੂੰ ਆਜ਼ਾਦ ਹਿੰਦੁਸਤਾਨ ਲੈ ਕੇ ਦਿੱਤਾ, ਜਿਹੜੇ ਕਿ 1947 ਦੇ ਵਿੱਚ ਜੋ ਕਤਲੇਆਮ ਹੋਇਆ, ਉਹਨਾਂ ਦੀ ਉਹਨਾਂ ਤੋਂ ਐਡੀ ਵੱਡੀ ਸ਼ਰਧਾਂਜਲੀ ਨਹੀਂ ਹੈ ਕਿ ਆਪਣੇ ਅਸੀਂ ਬਜ਼ੁਰਗਾਂ ਨੂੰ ਔਰ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਭਾਰਤ ਹੈ ਇਹ ਬਣਾ ਸਕੀਏ। ਬਾਜਵਾ ਸਾਹਿਬ ਨੇ ਗੱਲ ਕਹੀ ਕਿ ਫਾਈਨੈਂਸ ਡਿਪਾਰਟਮੈਂਟ ਦੀ ਕੋਆਪਰੇਸ਼ਨ ਚਾਹੀਦੀ ਹੈ, ਬਾਕੀ ਮੇਰੇ ਸਾਥੀ ਮੰਤਰੀ ਬੈਠੇ ਹੈ, ਆਈ ਕੈਨ ਅਸ਼ੋਰ ਯੂ ਆਫ ਮਾਈ ਹਾਈਐਸਟ ਕੰਸਿਡਰੇਸ਼ਨਸ, ਈਵਨ ਦੋ ਗਵਰਨਮੈਂਟ ਆਫ ਇੰਡੀਆ ਹੈਜ਼ ਨੋਟ ਪੇਡ ਅਸ 9,500 ਕਰੋੜ ਐਜ ਕੰਪਨਸੇਸ਼ਨ ਫੋਰ ਦਾ ਲਾਸਟ 6 ਮੰਥਸ, ਐਂਡ ਆਈ ਡੋਂਟ ਵਾਂਟ ਟੂ ਪ੍ਰੋਲੋਂਗ ਮਾਈ ਸਪੀਚ, ਬਟ ਦੇਰ ਇਜ਼ ਅ ਬਿਊਟੀਫੁੱਲ ਲੈਜੈਂਡ ਫਰੋਮ ਦਾ ਪੰਜਾਬ, ਸੋਨੀ ਮਹੀਵਾਲ। ਸੋ ਸੋਨੀ ਯੂਜ਼ ਟੂ ਗੋ ਐਂਡ ਮੀਟ ਮਹੀਵਾਲ ਐਵਰੀ ਨਾਈਟ ਐਂਡ ਕ੍ਰੋਸ ਦਾ ਰਿਵਰ, ਐਂਡ ਮਹੀਵਾਲ ਯੂਜ਼ ਟੂ ਐਕਚੁਲੀ ਕੈਚ ਫਿਸ਼ ਐਂਡ ਦੈਟ ਯੂਜ਼ ਟੂ ਬੀ ਡਿਨਰ। ਤਾਂ ਇੱਕ ਦਿਨ ਮੱਛੀ ਨਹੀਂ ਮਿਲੀ ਤਾਂ ਮਹੀਵਾਲ ਨੇ ਆਪਣੇ ਜਿਸਮ ਦਾ ਮਾਸ ਕੱਟ ਕੇ ਸੋਨੀ ਨੂੰ ਖਵਾਇਆ। ਕੈਨ ਆਈ ਅਸ਼ੋਰ ਆਲ ਮਾਈ ਕੋਲੀਗ ਮਿਨਿਸਟਰਸ ਕਿ ਜੇ ਪੈਸੇ ਨਾ ਹੋਏ ਤਾਂ ਮੈਂ ਆਪਣੇ ਜਿਸਮ ਦਾ ਮਾਸ ਕੱਟ ਕੇ ਵੀ ਜਿਹੜਾ ਉਹ ਤੁਹਾਨੂੰ ਖਵਾਊਂਗਾ। ਬਟ ਪੰਜਾਬ ਦੀ ਤਰੱਕੀ ਦੇ ਵਿੱਚ ਕੋਈ ਕਮੀ ਜਿਹੜੀ ਹੈ ਨਹੀਂ ਆਉਣੀ ਚਾਹੀਦੀ। ਤੁਸੀਂ ਇੰਨੇ ਅਦਬ ਨਾਲ ਗੱਲ ਸੁਣੀ, ਸਾਰਿਆਂ ਦਾ ਧੰਨਵਾਦ, ਸਾਰੇ ਪੰਜਾਬ ਦੇ ਸਰਪੰਚਿਸ ਦਾ ਧੰਨਵਾਦ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਤੁਹਾਡੀਆਂ ਔਲਾਦਾਂ ਨੂੰ ਖੁਸ਼ ਰੱਖੇ, ਤੁਹਾਡੇ ਭਾਈਆਂ ਨੂੰ ਖੁਸ਼ ਰੱਖੇ, ਭੈਣਾਂ ਨੂੰ ਖੁਸ਼ ਰੱਖੇ, ਮਾਂ ਬਾਪ ਨੂੰ ਖੁਸ਼ ਰੱਖੇ। ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਅਤੇ ਪਰਮਾਤਮਾ ਤੁਹਾਨੂੰ ਅਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ। ਔਰ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਅੰਧੇਰੀ ਸ਼ਬ ਮੇਂ ਵੀ ਤਾਮੀਰੇ ਆਸ਼ੀਆਂ ਨਾ ਰੁਕਾ, ਅੰਧੇਰੀ ਰਾਤ ਦੇ ਵਿੱਚ ਵੀ ਤਰੱਕੀ ਦਾ ਕੰਮ ਹੈ, ਜਿਹੜਾ ਆਲਣਾ ਬਣਾਉਣਾ ਸੀਗਾ ਉਹ ਨਹੀਂ ਰੁਕਿਆ। ਅੰਧੇਰੀ ਸ਼ਬ ਮੇਂ ਵੀ ਤਾਮੀਰੇ ਆਸ਼ੀਆਂ ਨਾ ਰੁਕਾ, ਨਹੀਂ ਹੈ ਚਿਰਾਗ ਤੋਂ ਕਿਆ ਬਰਕ ਤੋਂ ਚਮਕਦੀ ਹੈ, ਦੀਵੇ ਹੈ ਨਹੀਂ ਪਰ ਬਿਜਲੀਆਂ ਤਾਂ ਚਮਕਦੀਆਂ ਸੀ। ਬਿਜਲੀਆਂ 'ਚ ਹੀ ਪੰਜਾਬ, ਜਦੋਂ ਬਿਜਲੀਆਂ ਕੜਕਣਗੇ ਸੀ ਉਹਨਾਂ ਬਿਜਲੀਆਂ 'ਚ ਹੀ ਪੰਜਾਬ ਨੂੰ ਅਸੀਂ ਉਹਦੀ ਤਾਮੀਰ ਕਰ ਲਾਂਗੇ। ਬਹੁਤ ਬਹੁਤ ਧੰਨਵਾਦ, ਜੈ ਹਿੰਦ। ਮੈਂ ਹੁਣ ਸੁਨੀਲ ਜਾਖੜ ਜੀ ਨੂੰ ਬੇਨਤੀ ਕਰਾਂਗਾ, ਉਹ 2 ਮਿੰਟ ਉਹ ਵੀ ਆਪਣੇ ਵਿਚਾਰ ਰੱਖਣ। ਬਾਜਵਾ ਜੀ, ਇਫ ਆਈ ਮੇ ਰਿਕੁਐਸਟ, ਸਾਡੇ ਨਾਲ ਸਾਡੇ ਪੰਜਾਬ ਯੂਥ ਬੜੇ ਹੀ ਸਤਿਕਾਰਯੋਗ, ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਸਾਡੇ ਸੁਪਰੀਮ ਲੀਡਰ ਰਾਹੁਲ ਜੀ, ਉਹਨਾਂ ਦੇ ਨਾਲ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਪੰਜਾਬ ਵਾਸਤੇ ਹਮੇਸ਼ਾ ਗਾਂਹ ਵਧੂ ਸੋਚ ਰੱਖਣ ਵਾਲੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ, ਹਮੇਸ਼ਾ ਅਸੂਲਾਂ ਦੀ ਰਾਜਨੀਤੀ ਕਰਨ ਵਾਲੇ ਸੁਨੀਲ ਜਾਖੜ ਜੀ, ਸਾਡੇ ਸਾਰੇ ਹੀ ਸਤਿਕਾਰਯੋਗ ਮਿਨਿਸਟਰ ਸਾਹਿਬਾਨ, MLA ਸਾਹਿਬਾਨ, ਔਰ ਪਿੰਡਾਂ 'ਚ ਵਾਸਤੇ ਸਾਡੇ ਸਰਪੰਚ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬੜਾ ਇੰਪੋਰਟੈਂਟ ਦਿਨ ਆ, ਕਿਉਂਕਿ ਹਮੇਸ਼ਾ ਜਦੋਂ ਅਸੀਂ ਸੋਚਦੇ ਹਾਂ ਅਤੇ ਔਰ ਐਜ਼ ਯੰਗਸਟਰਸ ਅਸੀਂ
ਇਹ ਜਿੰਨੇ ਲੀਡਰਸ਼ਿਪ ਆ ਇਹਨਾਂ ਨੂੰ ਵੇਖਦੇ ਰਹੀਦਾ ਔਰ ਇਹਨਾਂ ਤੋਂ ਸਿੱਖਦੇ ਰਹੀਦਾ ਵੀ ਇਹ ਕਿਵੇਂ ਦੀ ਰਾਜਨੀਤੀ ਕਰਦੇ ਆ। ਅਸੀਂ ਕਾਂਗਰਸ ਪਾਰਟੀ 'ਚ ਕੋਈ ਬਾਏ ਬਰਥ ਨਹੀਂ, ਕੋਈ ਬਾਏ ਪਰਿਵਾਰਕ ਤੌਰ ਦੇ ਉੱਤੇ ਨਹੀਂ, ਲੇਕਿਨ ਰਾਹੁਲ ਜੀ ਨੇ ਸਾਨੂੰ ਯੂਨੀਵਰਸਿਟੀ ਦੇ ਵਿੱਚ ਸ਼ਾਮਿਲ ਕੀਤਾ ਸੀਗਾ ਔਰ ਅਸੀਂ ਇੱਕ ਜਥੇਬੰਦੀ ਤੋਂ ਇਸ ਵਿਚਾਰਧਾਰਾ ਨਾਲ ਜੁੜੇ ਸੀ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਇਹਨਾਂ ਨਾਲ ਜੁੜਦੇ ਹੋਏ ਸਾਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਜਗ੍ਹਾ ਦਿੱਤੀ, ਬੜੀ ਸਪੇਸ ਦਿੱਤੀ ਔਰ ਅੱਜ ਇੱਕ ਇਹੋ ਜਿਹੇ ਦੌਰ ਦੇ ਉੱਤੇ ਖੜ੍ਹੇ ਹਾਂ ਜਿਹੜਾ ਦੇਸ਼ ਵਾਸਤੇ ਨਹੀਂ ਪੰਜਾਬ ਵਾਸਤੇ ਵੀ ਬੜਾ ਇੰਪੋਰਟੈਂਟ ਔਰ ਅਹਿਮ ਦੌਰ ਆ। ਹਮੇਸ਼ਾ ਇਹ ਗੱਲ ਹੁੰਦੀ ਆ, ਗੱਲ ਕਰਦੇ ਆ, ਇੱਕ ਹਿੰਦੀ ਵਿੱਚ ਕਹੀਦਾ ਵੀ ਆ ਵੀ ਤੁਹਾਰਾ ਤੋਂ ਸਮਾਂ ਆਇਆ ਹੈ ਹਮਾਰਾ ਦੌਰ ਆਏਗਾ ਔਰ ਇਹਦੇ ਵਿੱਚ ਵੀ ਕਹਿਣ 'ਚ ਕੋਈ ਗਰੇਜ ਨਹੀਂ। ਸੈਂਟਰ 'ਚ ਸਾਡਾ ਜ਼ਰੂਰ ਸਮਾਂ ਖਰਾਬ ਚੱਲ ਰਿਹਾ ਲੇਕਿਨ ਉਹ ਵੀ ਇੱਕ ਸਮਾਂ ਵਾ ਜਿਹੜਾ ਕ੍ਰੋਸ ਕਰ ਜੂਗਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਜੀ ਦਾ 20 ਸਾਲਾਂ ਤੋਂ 25 ਸਾਲਾਂ ਤੋਂ ਪੰਜਾਬ ਦੇ ਵਿੱਚ ਇੱਕ ਦੌਰ ਚੱਲ ਰਿਹਾ, ਅਪਸ ਐਂਡ ਡਾਊਨਸ ਵੇਖੇ, ਉਤਾਰ ਚੜਾਵ ਵੇਖੇ, ਲੇਕਿਨ ਕੈਪਟਨ ਸਾਹਿਬ ਨੇ ਕਦੀ ਆਪਣੇ ਸਟੈਂਡ ਤੋਂ ਪਾਸੇ ਨਹੀਂ ਹਟੇ। ਉਹ ਸਟੈਂਡ ਪੰਜਾਬ ਨੂੰ ਹਮੇਸ਼ਾ ਅੱਗੇ ਰੱਖਣ ਦਾ ਸੀਗਾ, ਪੰਜਾਬੀਅਤ ਨੂੰ ਅੱਗੇ ਰੱਖਣ ਦਾ ਸੀ। ਉਸੇ ਤਰੀਕੇ ਅਗਰ ਤੁਸੀਂ ਰਾਹੁਲ ਜੀ ਨੂੰ ਵੇਖੋਗੇ ਤਾਂ ਰਾਹੁਲ ਜੀ ਸਾਰੇ ਪਿੰਡ ਦੇ ਸਰਪੰਚ ਸਬੰਧ ਸੁਣ ਰਹੇ ਹੋਣਗੇ, ਜੋ ਗੱਲ ਉਹ ਪਹਿਲੇ ਦਿਨ ਤੋਂ ਕਹਿ ਰਹੇ ਸੀ ਅੱਜ ਵੀ ਕੰਸਿਸਟੈਂਟਲੀ ਉਹੀ ਗੱਲ ਕਹਿ ਰਹੇ ਆ। ਇਲੈਕਸ਼ਨ ਦੇ ਰਿਜ਼ਲਟ ਉੱਪਰ ਨੀਚੇ ਹੁੰਦੇ ਰਹਿੰਦੇ ਆ, ਲੇਕਿਨ ਕੀ ਇਲੈਕਸ਼ਨ ਦੇ ਰਿਜ਼ਲਟ ਇਹ ਡਿਕਟੇਟ ਕਰਨਗੇ ਆਪਣੇ ਪ੍ਰਿੰਸੀਪਲਸ? ਕੀ ਇਲੈਕਸ਼ਨ ਦੇ ਰਿਜ਼ਲਟ ਡਿਕਟੇਟ ਕਰਨਗੇ ਆਪਣੇ ਸਿਧਾਂਤ? ਮਨਪ੍ਰੀਤ ਜੀ ਨੇ ਬੜਾ ਸੋਹਣੇ ਤਰੀਕੇ ਨਾਲ ਗੱਲ ਦੱਸੀ ਵੀ ਕਾਂਗਰਸ ਦੀ ਕੀ ਕੰਟਰੀਬਿਊਸ਼ਨ ਆ ਪੰਜਾਬ ਵਾਸਤੇ, ਕਾਂਗਰਸ ਦੀ ਕੀ ਕੰਟਰੀਬਿਊਸ਼ਨ ਆ ਦੇਸ਼ ਵਾਸਤੇ। ਲੇਕਿਨ ਇਹਦੇ ਵਿੱਚ ਕਹਿਣ 'ਚ ਕੋਈ ਗਰੇਜ ਨਹੀਂ ਹੋਣਾ ਚਾਹੀਦਾ ਆਪਾਂ ਕਿ ਅੱਜ ਕੱਲ੍ਹ ਲੋਕ ਕੰਮ ਨੂੰ ਵੇਖਦੇ ਆ ਜਾਂ ਨਹੀਂ ਵੇਖਦੇ। ਕਿ ਲੋਕ ਇੱਕ ਪਾਸੇ ਕੈਪਟਨ ਸਾਹਿਬ ਆ ਜਿਹੜੇ ਸੀਰੀਅਸ ਪੋਲੀਟੀਸ਼ੀਅਨ ਆ, ਸੀਰੀਅਸ ਗੱਲਾਂ ਕਰਦੇ ਆ ਔਰ ਜਦੋਂ ਵੀ ਤੁਸੀਂ ਕਦੇ ਉਹਨਾਂ ਦੀ ਸਪੀਚ ਵੇਖੋਗੀ ਉਹ ਲੱਛੇਦਾਰ ਤਾਂ ਨਹੀਂ ਹੋਊਗੀ, ਲੇਕਿਨ ਹਮੇਸ਼ਾ ਪੰਜਾਬ ਦੇ ਵਾਸਤੇ ਕੁਛ ਨਾ ਕੁਛ ਉਹਦੇ ਵਿੱਚ ਕੋਈ ਨੌਲੇਜ ਹੋਊਗੀ, ਕੋਈ ਗੱਲਾਂ ਹੋਣਗੀਆਂ। ਲੇਕਿਨ ਮੰਦਭਾਗੀ ਗੱਲ ਆ, ਨੌਜਵਾਨਾਂ ਨੂੰ ਵੀ ਅਸੀਂ ਵੇਖੀਦਾ ਔਰ ਦੇਸ਼ ਦੇ ਸਿਨੈਰੀਓ ਨੂੰ ਵੀ ਵੇਖੀਦਾ। ਤੁਸੀਂ ਇਹ ਵੇਖੋ ਅੱਜ ਕੱਲ੍ਹ ਲੋਕਾਂ ਨੂੰ ਡਰਾਮਾ ਪਸੰਦ ਆ, ਲੋਕਾਂ ਨੂੰ ਐਂਟਰਟੇਨਮੈਂਟ ਪਸੰਦ ਆ, ਉਹ ਪੋਲੀਟੀਸ਼ੀਅਨਸ 'ਚ ਵੀ ਐਂਟਰਟੇਨਮੈਂਟ ਔਰ ਡਰਾਮਾ ਲੱਭਣ ਲੱਗ ਪਏ ਆ ਔਰ ਮਾੜੀ ਕਿਸਮਤ ਇਹ ਆ ਵੀ ਅੱਜ ਦੇ ਸਾਡੇ ਉੱਚ ਤੋਂ ਉੱਚ ਪਦਵੀਆਂ 'ਤੇ ਬੈਠੇ ਜਿਹੜੇ ਲੀਡਰ ਆ ਉਹ ਡਰਾਮਾ ਔਰ ਐਂਟਰਟੇਨਮੈਂਟ ਨੂੰ ਜ਼ਿਆਦਾ ਉਸਾਰੀ ਦੇ ਰਹੇ ਆ। ਉਹ ਸਪੀਚਾਂ ਦੇ ਵਿੱਚ, ਭਾਸ਼ਣਾਂ ਦੇ ਵਿੱਚ ਸਿਰਫ ਭਾਸ਼ਣਾਂ ਤੱਕ ਸੀਮਤ ਰਹਿ ਗਏ ਆ। ਕਾਂਗਰਸ ਨੇ ਇੱਕ ਆਪਣਾ ਸਟੈਂਡ ਰੱਖਿਆ ਸ਼ੁਰੂ ਤੋਂ ਕੰਮ ਕਰਨ ਵਾਲਾ, ਔਰ ਸ਼ਾਇਦ ਮੈਨੂੰ ਇਹਦੇ ਵਿੱਚ ਵੀ ਕਹਿਣ ਨੂੰ ਗਰੇਜ ਨੇ ਜਾਖੜ ਸਾਹਿਬ, ਕੈਪਟਨ ਸਾਹਿਬ, ਰਾਹੁਲ ਜੀ, ਬੀਜੇਪੀ ਵਾਲਿਆਂ ਨੇ ਆਪਣੇ ਤੋਂ ਇਹ ਸਿੱਖ ਲਿਆ ਵੀ ਕੰਮ ਜਿੰਨਾ ਮਰਜ਼ੀ ਕਰੀ ਜੋ ਮਰਜ਼ੀ ਤੁਸੀਂ ਪੰਜਾਬ ਲਈ ਕਰ ਲਓ, ਜੋ ਮਰਜ਼ੀ ਤੁਸੀਂ ਹਿੰਦੁਸਤਾਨ ਲਈ ਕਰ ਲਓ, ਕੰਮ ਐਂਡ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹਦੀ ਵੈਲਿਊ ਨਹੀਂ ਪੈ ਰਹੀ। ਸੋ ਆਪਾਂ ਨੂੰ ਐਜ਼ ਲੀਡਰਸ਼ਿਪ ਇਹ ਚੀਜ਼ ਔਰ ਇਹ ਚੇਂਜ ਲੈ ਕੇ ਆਉਣੀ ਪਊਗੀ। ਔਰ ਲਾਸਟ ਦੇ ਵਿੱਚ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਕੈਪਟਨ ਸਾਹਿਬ ਨੇ ਜਿਹੜਾ ਪੰਜਾਬ ਦੇ ਵਿੱਚ ਇੱਕ ਦੌਰ ਲੈ ਕੇ ਆਉਂਦਾ ਵਾ, ਇੱਕ ਪੰਜਾਬ ਦੇ ਵਿੱਚ ਜੋ ਇਹਨਾਂ ਦੀ ਸਾਰਾ ਜਦੋਂ ਹਿਸਟਰੀ ਲਿਖੀ ਜਾਊਗੀ, ਮੈਂ ਬਾਰ ਬਾਰ ਇਹ ਕਹਿੰਦਾ ਵਾਂ, ਹਿਸਟਰੀ ਵਿਲ ਬੀ ਮੋਰ ਕਾਇੰਡ ਟੂ ਹਿਮ ਦੈਨ ਵਾਟ ਹਿਜ਼ ਡਿਟ੍ਰੈਕਟਰਸ ਆਰ। ਕੈਪਟਨ ਸਾਹਿਬ ਦੀਆਂ ਜੋ ਇਹਨਾਂ ਦੀਆਂ ਕਾਰਗੁਜ਼ਾਰੀਆਂ ਵਾ, ਜੋ ਇਹਨਾਂ ਦੇ ਫੈਸਲੇ ਆ, ਉਹ ਇਨ ਇੰਟਰਸਟ ਆਫ ਹਮੇਸ਼ਾ ਪੰਜਾਬ ਰਹੇ ਆ। ਉਹ ਕਹਿੰਦੇ ਆ ਨਾ ਵੀ ਯੂ ਕੈਨ ਟੇਕ ਕੈਪਟਨ ਸਾਹਿਬ ਆਊਟ ਆਫ ਪੰਜਾਬ ਬਟ ਯੂ ਕਾਨ ਟੇਕ ਪੰਜਾਬ ਆਊਟ ਆਫ ਕੈਪਟਨ ਸਾਹਿਬ। ਸੋ ਐਂਡ ਸਿਮਿਲਰਲੀ ਆਈ ਮਸਟ ਸੇ ਸਰ ਵੀ ਤੁਸੀਂ
ਇਸ ਸਮਾਰਟ ਵਿਲੇਜ ਸਕੀਮ ਦੇ ਵਿੱਚ ਤੁਸੀਂ ਪੰਜਾਬ ਦੇ ਹੋਰ ਪਿੰਡਾਂ ਦੇ ਵਿੱਚ ਵੜ ਰਹੇ ਹੋ ਔਰ ਉਮੀਦ ਕਰਦੇ ਹਾਂ ਸਰ, ਅਸੀਂ ਬਾਰ ਬਾਰ ਇਹ ਗੱਲਾਂ ਕਰਨਾ, ਯੰਗਸਟਰਸ ਵਾਸਤੇ ਅੱਜ ਬੜਾ ਇੰਪੋਰਟੈਂਟ ਟਾਈਮ ਆ। ਇੱਕ ਪਾਸੇ ਅਰਾਜਕਤਾ, ਇੱਕ ਪਾਸੇ ਡਰਾਮੇਬਾਜ਼ੀ, ਇੱਕ ਪਾਸੇ ਪਖੰਡ ਔਰ ਇੱਕ ਪਾਸੇ ਪ੍ਰਿੰਸੀਪਲਸ ਦੀ ਰਾਜਨੀਤੀ। ਸਾਨੂੰ ਪ੍ਰਿੰਸੀਪਲ ਲੀਡਰ ਚਾਹੀਦੇ ਆ, ਸਾਨੂੰ ਸ਼ਾਰਟ ਟਰਮ ਲੀਡਰਸ ਨਹੀਂ ਚਾਹੀਦੇ ਜਿਹੜੇ ਅੱਜ ਆ ਕੇ ਜ਼ਰੂਰ ਇੱਕਦਮ ਮਾਹੌਲ ਜਿਹਾ ਬਣਾਉਣ, ਲੇਕਿਨ ਜਦੋਂ ਗਵਰਨੈਂਸ ਦੀ ਵਾਰੀ ਆਵੇ, ਜਦੋਂ ਪੰਜਾਬ ਚਲਾਉਣ ਦੀ ਵਾਰੀ ਆਵੇ, ਜਦੋਂ ਸਟੇਟ ਵਿੱਚ 10 ਸਾਲਾਂ ਨੂੰ ਯਾਦ ਕੀਤਾ ਜਾਵੇ, ਤਾਂ ਉਹ ਰਾਜ ਰਹਿਣਾ ਚਾਹੀਦਾ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ, ਜੋ ਕਾਂਗਰਸ ਪਾਰਟੀ ਨੇ ਔਰ ਜੋ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੇ ਦਿੱਤਾ ਵਾ। ਅਖੀਰ ਦੇ ਵਿੱਚ ਮੈਂ ਇੰਨਾ ਜ਼ਰੂਰ ਕਹੂੰਗਾ, ਰਾਹੁਲ ਜੀ ਵਾਸਤੇ, ਜਵਾਹਰ ਲਾਲ ਨਹਿਰੂ ਦੇ ਪੜਪੋਤੇ, ਇੰਦਰਾ ਗਾਂਧੀ ਜੀ ਦੇ ਪੋਤੇ ਔਰ ਰਾਜੀਵ ਗਾਂਧੀ ਜੀ ਦੇ ਪੁੱਤਰ, ਇਹਨਾਂ ਤੋਂ ਵੀ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਉਮੀਦ ਆ, ਅੱਜ ਕੱਲ੍ਹ ਸਿਰਫ ਇੱਕ ਸਾਨੂੰ ਜਿੰਨਾ ਜ਼ਰੂਰ ਲੱਗਦਾ ਸਰ, ਹਰ ਟਾਈਮ ਗੁੱਸੇ ਜ਼ਿਆਦਾ ਰਹਿੰਦੇ ਰਾਹੁਲ ਜੀ। ਰਾਹੁਲ ਜੀ, ਯੰਗਸਟਰਸ ਤੁਹਾਨੂੰ ਹੱਸਦੇ ਖੇਡਦੇ ਵੇਖਣਾ ਚਾਹੁੰਦੇ ਆ। ਸਾਨੂੰ ਪਤਾ ਵੀ ਜੋ ਦੇਸ਼ ਦਾ ਮਾਹੌਲ ਆ, ਗੁੱਸਾ ਆਉਂਦਾ ਵਾ, ਲੇਕਿਨ ਸਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਾਂਗੇ ਵੀ ਇੱਕ ਉਹ ਯੰਗ ਵਾਈਬ੍ਰੈਂਟ ਫੇਸ ਜਿਹੜਾ ਤੁਹਾਡਾ ਹਮੇਸ਼ਾ ਐਵਰ ਸਮਾਈਲਿੰਗ ਰਿਹਾ ਵਾ, ਉਹ ਸਮਾਈਲ ਅਸੀਂ ਪੰਜਾਬ 'ਚੋਂ ਤੁਹਾਡੇ ਵਾਸਤੇ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਵਾਪਸ ਲਿਆਂਦੀ ਆ ਔਰ ਉਮੀਦ ਕਰਦੇ ਹਾਂ ਵੀ ਤੁਸੀਂ ਉਹ ਦੇਸ਼ ਦੇ ਵਿੱਚ ਉਹ ਸਮਾਈਲ ਜੋ ਆ ਉਹ ਸਾਰੇ ਯੰਗਸਟਰਸ ਵਾਸਤੇ ਔਰ ਨੌਜਵਾਨਾਂ ਵਾਸਤੇ ਔਰ ਦੇਸ਼ ਦੀ ਉਮੀਦ ਬਣ ਕੇ ਜੋ ਜੋ ਲੜਾਈ ਅੱਜ ਆਪਾਂ ਲੜ ਰਹੇ ਹਾਂ, ਦੈਟ ਇਜ਼ ਮੋਰ ਇੰਪੋਰਟੈਂਟ ਦੈਨ ਪਾਰਟੀ, ਦੈਟ ਇਜ਼ ਮੋਰ ਇੰਪੋਰਟੈਂਟ ਦੈਨ ਪ੍ਰਿੰਸੀਪਲਸ, ਦੈਟ ਇਜ਼ ਫੋਰ ਦੀ ਕੰਟਰੀ ਐਂਡ ਯੂ ਆਰ ਫਾਈਟਿੰਗ ਇਟ ਔਨ ਦੀ ਗਰਾਊਂਡ ਔਨ ਦੀ ਅਗੇਂਸਟ ਦੀ ਗਵਰਨਮੈਂਟ ਐਂਡ ਵਿਦਆਊਟ ਦੀ ਐਨੀ ਸਪੋਰਟ ਆਫ ਦੀ ਪ੍ਰੈਸ, ਵਿਦਆਊਟ ਐਨੀ ਸਪੋਰਟ ਆਫ ਦੀ ਇੰਸਟੀਟਿਊਸ਼ਨ, ਐਂਡ ਵੀ ਸਲਿਊਟ ਯੂ ਫੋਰ ਦੈਟ। ਐਂਡ ਵੀ ਅਲੋਂਗ ਵਿਦ ਦੀ ਯੂਥ ਆਫ ਪੰਜਾਬ ਅੰਡਰ ਏਬਲ ਲੀਡਰਸ਼ਿਪ ਆਫ ਕੈਪਟਨ ਸਾਹਿਬ ਐਂਡ ਜਾਖੜ ਸਾਹਿਬ ਵਿਲ ਬੀ ਵਿਦ ਯੂ ਸ਼ੋਲਡਰ ਟੂ ਸ਼ੋਲਡਰ ਇਨ ਫਰੰਟ ਆਫ ਯੂ ਟੂ ਫਾਈਟ ਦੈਮ ਆਲ ਆਊਟ। ਥੈਂਕ ਯੂ ਸਰ, ਥੈਂਕ ਯੂ। ਔਨ ਦੀ ਗਰਾਊਂਡ ਔਨ ਦੀ ਅਗੇਂਸਟ। And we, along with the ਦਿਲਾਂ ਦੀ ਧੜਕਣ, ਰਾਹੁਲ ਗਾਂਧੀ ਜੀ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਹਰ ਦਿਲ ਅਜੀਤ, ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਜੀ, ਬਹੁਤ ਹੀ ਸਤਿਕਾਰਯੋਗ ਅੱਜ ਇਸ ਮੀਡੀਅਮ ਦੇ ਰਾਹੀਂ ਜੁੜੇ ਹੋਏ ਸਾਡੇ ਮੰਤਰੀ ਸਾਹਿਬਾਨ, ਐਮ ਐਲ ਏ ਸਾਹਿਬਾਨ, ਸਰਪੰਚ ਸਾਹਿਬਾਨ, ਪੰਚਿਸ ਅਤੇ ਮੇਰੇ ਪਿੰਡ ਦੇ ਸਾਰੇ ਵਾਸੀਓ ਜਿਹੜੇ ਅੱਜ ਤੁਸੀਂ ਜੁੜੇ ਹੋ, ਸਾਰੇ ਫਤਿਹ ਕਬੂਲ ਕਰਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਹੁਲ ਜੀ, ਪੰਚਾਇਤੀ ਰਾਜ ਰਾਜੀਵ ਗਾਂਧੀ ਜੀ ਦਾ ਸੁਪਨਾ ਸੀਗਾ, ਉਹ ਸੁਪਨੇ ਨੂੰ ਸਹੀ ਮਾਇਨਿਆਂ 'ਚ ਸਾਕਾਰ ਕਰਨ ਵਾਸਤੇ ਜੋ ਕਦਮ ਉਠਾਏ ਜਾ ਰਹੇ ਹੈ, ਇਸ ਬੇਸਿਕਲੀ ਇੰਪਾਵਰਿੰਗ ਦੀਜ਼ ਪੀਪਲ ਐਂਡ ਕ੍ਰੀਏਟਿੰਗ ਇਨੇਬਲਿੰਗ ਇਨਵਾਇਰਮੈਂਟ ਜਿਹਦੇ 'ਚ ਇਹ ਆ ਕੰਮ ਕਰ ਸਕਣ। ਅਤੇ ਅੱਜ ਆ ਪ੍ਰੋਗਰਾਮ ਚਾਲੂ ਹੋਣ ਤੋਂ ਪਹਿਲਾਂ ਸਾਡੇ ਕੋਲ ਇੱਥੇ ਬਹੁਤ ਹੀ ਕਾਬਲ ਅਤੇ ਬਹੁਤ ਹੀ ਨੌਜਵਾਨ ਅਤੇ ਹਰ ਵਰਗ ਨੂੰ ਰਿਪ੍ਰਜੈਂਟ ਕਰਦੀਆਂ ਸਾਡੀਆਂ ਭੈਣਾਂ, ਬੀਬੀਆਂ, ਨੌਜਵਾਨ ਸਾਥੀ, ਸਾਡੇ ਬਜ਼ੁਰਗ ਬੈਠੇ ਆ ਜਿਨ੍ਹਾਂ ਨਾਲ ਗੱਲ, ਇਹਨਾਂ ਦੀ ਗੱਲ ਸੁਣ ਕੇ ਦਿਲ ਨੂੰ ਬੜੀ ਖੁਸ਼ੀ ਹੋਈ। ਇਹਨਾਂ ਨੇ ਕਿਹਾ ਅੱਜ ਪਿੰਡ ਲਿਸ਼ਕ ਹੀ ਜਾਂਦੇ ਹੈ। ਰਾਹੁਲ ਜੀ, ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ, ਅੱਜ ਪਿੰਡਾਂ ਦਾ ਨੁਹਾਰ ਬਦਲਿਆ ਹੋਇਆ, ਪਿੰਡਾਂ ਦੇ ਵਿੱਚ ਕੰਮ ਜਿਹੜਾ ਹੁੰਦਾ ਮੂੰਹੋਂ ਬੋਲ ਰਿਹਾ, ਦਿਖ ਰਿਹਾ। ਵਟ ਹੈਜ਼ ਚੇਂਜ, ਬਦਲਿਆ ਕੀ ਹੈ? ਸੀਐਮ ਸਾਹਿਬ, ਪੈਸੇ ਤਾਂ ਪਹਿਲੇ ਅਕਾਲੀ ਬੀਜੇਪੀ ਸਰਕਾਰ ਦੇ ਅੰਦਰ ਵੀ ਰੂਰਲ ਡਿਵੈਲਪਮੈਂਟ ਦੇ ਨਾਂ ਤੇ, ਪਿੰਡਾਂ ਦੇ ਵਿਕਾਸ ਦੇ ਨਾਂ ਦੇ ਉੱਤੇ ਬਹੁਤ ਧੂਏ ਕੱਢੇ ਆ, ਪੈਸੇ ਦੇ ਬੜੇ ਪੈਸੇ ਕੱਢੇ ਆ,
ਬਟ ਉਹਨਾਂ ਦੇ ਰਾਜ ਦੇ ਅੰਦਰ ਪੈਸੇ ਨੂੰ ਇਸਤੇਮਾਲ ਕੀਤਾ ਗਿਆ ਸੀ ਪੋਲੀਟੀਕਲ ਪੈਟਰਨਾਈਜ਼ੇਸ਼ਨ ਵਾਸਤੇ, ਆਪਣੇ ਚਹੇਤਿਆਂ ਨੂੰ, ਆਪਣੇ ਜਥੇਦਾਰ ਸਰਪੰਚਾਂ ਨੂੰ, ਇਹ ਜਿਹੜੇ ਉਹਨਾਂ ਦੇ ਚਹੇਤੇ ਸੀ ਉਹਨਾਂ ਨੂੰ ਖੂਬ ਪੰਜਾਬ ਦੇ ਲੋਕਾਂ ਦਾ ਜਿਹੜਾ ਸਰਮਾਇਆ ਸੀ, ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਸੀਗਾ, ਡਿਵੈਲਪਮੈਂਟ ਦੇ ਨਾਲ ਲੱਗ ਕੇ ਉਹਨਾਂ ਦੀ ਕੋਠੀਆਂ ਬਣੀਆਂ, ਉਹਨਾਂ ਦੇ ਵੱਡੇ ਵੱਡੇ ਮਕਾਨ ਬਣੇ, ਵੱਡੀਆਂ ਗੱਡੀਆਂ ਆਈਆਂ, ਪਰ ਪੰਜਾਬ ਦਾ ਜਿਹੜਾ ਪਿੰਡ ਹੈ ਉਹ ਬਿਲਕੁਲ ਬਹੁਤ ਹੀ ਬੁਰੇ ਹਾਲਾਤ 'ਚ ਪਹੁੰਚ ਗਿਆ। ਮੈਨੂੰ ਅੱਜ ਖੁਸ਼ੀ ਹੈ ਵੀ ਅੱਜ ਪਿੰਡਾਂ ਦਾ ਨਿਵਾਰ ਤੁਸੀਂ ਸਾਰੇ ਬਦਲ ਰਹੇ ਹੋ। ਰਾਹੁਲ ਜੀ, ਵਟ ਇਜ਼ ਚੇਂਜ? ਦ ਚੇਂਜ ਇਜ਼ ਬੇਸਿਕਲੀ ਜਿਹੜਾ ਬਦਲਾਵ ਆਇਆ, ਇਟ ਇਜ਼ ਦ ਸਪਿਰਿਟ, ਇਜ਼ ਦ ਸਪਿਰਿਟ ਵਿਚ ਹੈਜ਼ ਬਿਨ, ਆਈ ਵੁੱਡ ਸੇ ਇਹਦਾ ਮੇਨ ਕਾਰਨ ਜਿਹੜਾ ਹੈ, ਆਈ ਥਿੰਕ ਜਿੱਥੇ ਲਗਨ ਹੈ, ਜਿੱਥੇ ਨੀਅਤ ਹੈ ਕੁਛ ਕਰਨ ਦੀ, ਉੱਥੇ ਡੈਮੋਕ੍ਰੈਟਿਕ ਸ਼ਿਫਟ ਜਿਹੜੀ ਹੋਈ ਹੈ, ਅਗਰ ਤੁਸੀਂ ਅੱਜ ਦੇਖ ਸਕਦੇ ਇੱਥੇ ਮੇਰੇ ਨਾਲ ਜਿਹੜੇ ਬੈਠੇ ਹੈ, ਮੇਰੇ ਖਿਆਲ 'ਚ ਮੇਰੇ ਤੋਂ ਅੱਧੀ ਉਮਰ ਦੇ ਹੋਣੇ ਹੈ ਸਰਪੰਚ ਸਾਹਿਬ ਬੈਠੇ ਹੈ, ਮੇਰੇ ਤੋਂ 10 ਸਾਲ ਛੋਟੇ ਸਰਪੰਚ ਸਾਹਿਬ ਨੇ, ਸਾਡੇ ਇੱਥੇ ਜਿਹੜੇ ਲੇਡੀਜ਼ ਵੁਮਨ ਸਰਪੰਚਿਸ ਬੈਠੀਆਂ, ਜੇ ਤੁਸੀਂ ਅਦਰਵਾਈਜ਼ ਪਤਾ ਨਾ ਹੁੰਦਾ ਤਾਂ ਤੁਸੀਂ ਕਹਿ ਦਿੰਦੇ ਦੇ ਆਰ ਆਈਦਰ ਅ ਪ੍ਰੋਫੈਸਰ ਔਰ ਅ ਡਾਕਟਰ ਇਨ ਸਮ ਐਸਟੈਬਲਿਸ਼ਮੈਂਟ। ਬੜੇ ਪੜ੍ਹੇ ਲਿਖੇ ਲੋਕ, 50% ਰਿਜ਼ਰਵੇਸ਼ਨ ਹੈ ਰਾਹੁਲ ਜੀ ਹਮਾਰੇ ਯਹਾਂ ਪੰਜਾਬ ਕੇ ਅੰਦਰ, ਲੋਕਲ ਬਾਡੀਜ਼, ਵੈਦਰ ਦੇ ਆਰ ਅਰਬਨ ਬਾਡੀਜ਼ ਔਰ ਪਿੰਡਾਂ ਦੀ ਪੰਚਾਇਤਾਂ ਦੇ ਅੰਦਰ 50% ਰਿਜ਼ਰਵੇਸ਼ਨ, ਐਂਡ ਦਿਸ ਹੈਜ਼ ਬ੍ਰੌਟ ਅਬਾਊਟ ਦਿਸ ਚੇਂਜ, ਦੇਰ ਇਜ਼ ਦ ਸਪਿਰਿਟ ਆਫ ਮੇਕਿੰਗ ਅ ਡਿਫਰੈਂਸ, ਜਿਹੜੀ ਪਹਿਲਾਂ ਲੋਕਾਂ 'ਚ ਹੈ ਨਹੀਂ ਸੀ ਸਾਹਿਬ, ਪਹਿਲਾਂ ਸਾਰਾ ਕੰਮ ਇਹਨਾਂ ਦਾ, ਜਿਹੜੀ ਫਰਕ ਆਇਆ, ਜੋ ਫਰਕ ਮੈਂ ਸਮਝਦਾ ਹਾਂ ਰਾਹੁਲ ਜੀ ਅਬ ਆਇਆ, ਪਹਿਲੇ ਸਾਰੀ ਦੀ ਸਾਰੀ ਪੰਚਾਇਤ ਕੀ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਜੋ ਥੀ ਉਹ ਪੰਚਾਇਤ ਸੈਕਟਰੀ 'ਤੇ ਛੋੜ ਦਿੱਤੀ ਜਾਂਦੀ ਸੀ, ਵੀ ਪੰਚਾਇਤ ਸੈਕਟਰੀ ਨੂੰ ਪਤਾ ਉਹ ਕਰੂਗਾ ਜਿਵੇਂ ਕਰੂਗਾ, ਐਂਡ ਦੈਟ ਵਾਜ਼ ਅ ਡੈਨ ਆਫ ਕਰਪਸ਼ਨ। ਆਮ ਸੌਰੀ ਟੂ ਸੇ, ਉਸ 'ਚ ਚੰਗੇ ਬੰਦੇ ਵੀ ਹੋਣੇ ਹੈ, ਬਟ ਇਟ ਵਾਜ਼ ਅ ਡੈਨ ਆਫ ਕਰਪਸ਼ਨ। ਹੁਣ ਜਿਹੜੇ ਨੌਜਵਾਨ ਪੀੜ੍ਹੀ ਸਮੇਂ ਆਈ ਹੈ, ਜਿੱਥੇ ਇਹਨਾਂ ਦਾ ਕੰਮ ਕਰਕੇ ਦਿਖਾਉਣ ਦਾ ਜਜ਼ਬਾ, ਉੱਥੇ ਇਹਨਾਂ ਨੂੰ ਨੌਲੇਜ ਵੀ ਹੈ। ਸਾਡੇ ਕੋਲ ਇੱਥੇ ਪ੍ਰੋਫੈਸਰ ਸਾਹਿਬ ਬੈਠੇ, ਉਹਨਾਂ ਨੇ ਜਿਹੜਾ ਸਕੀਮ ਆ ਇਸ ਪ੍ਰੋਗਰਾਮ ਤੋਂ ਸਾਨੂੰ ਪਹਿਲਾਂ ਦੱਸ ਰਹੇ ਸੀਗੇ, ਅਸੀਂ ਉਹ ਸਕੀਮ ਤਾਂ ਕੀਤੀ ਹੈ ਜੋ ਬਿਨਾਂ ਪੈਸਿਆਂ ਦੇ ਅੰਦਰ ਪੰਜਾਬ ਦੇ ਪਿੰਡਾਂ ਦਾ ਭਲਾਈ ਹੋ ਸਕਦੀ ਹੈ। ਹੀਂਗ ਲਗੇ ਨਾ ਫਿਟਰੀ ਰੰਗ ਚੋਖਾ, ਇਹ ਸਕੀਮ ਭਾਵਨਾ ਡੈਮੋਗ੍ਰਾਫਿਕ ਸ਼ਿਫਟ ਆਫ ਦਿਸ ਥਿੰਗ ਹੈਜ਼ ਬ੍ਰੌਟ ਇਨ ਅ ਰਿਮਾਰਕੇਬਲ ਚੇਂਜ। ਮੈਂ ਸਾਰਿਆਂ ਨੂੰ, ਸਾਡੇ ਸਾਰੇ ਸਰਪੰਚ ਸਾਹਿਬਾਂ ਨੂੰ, ਪੰਚੀਜ਼ ਨੂੰ, ਸਾਡੇ ਨੌਜਵਾਨ ਜਿਹੜੇ ਬਜ਼ੁਰਗ ਬੈਠੇ ਹੈ, ਬਾਕੀ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦੇਣਾ, ਅਤੇ ਮੈਂ ਸਾਡੇ ਮੰਤਰੀ ਬਾਜਵਾ ਸਾਹਿਬ ਜਿਹਨਾਂ ਦੀ ਰਹਿਨੁਮਾਈ ਦੇ ਅੰਦਰ ਸਾਰਾ ਕੰਮ ਰਿਹਾ, ਜਿਹੜੇ ਡਿਪਾਰਟਮੈਂਟ ਇਹਨਾਂ ਦੇ ਹੈੱਡ ਹੈ ਸੀਮਾ ਜੈਨ ਜੀ, ਬਾਕੀ ਇਹਨਾਂ ਦੇ ਨਾਲ ਸਾਰੇ ਬਿਊਰੋਕ੍ਰੈਟਸ, ਜੋ ਪੰਚਾਇਤ ਸੈਕਟਰੀ ਲੈਵਲ ਤਾਂ ਜਿਹੜੇ ਲੋਕ ਇਨਵੋਲਵ ਹੈ, ਉਹਨਾਂ ਨੂੰ ਵੀ ਵਧਾਈ ਦੇਣਾ। ਐਂਡ ਆਰ ਗੋਨ ਥਰੂ ਜਿਹੜਾ ਤੁਹਾਡੀ ਸਕੀਮ ਹੈ, ਅਗਰ ਰਾਹੁਲ ਜੀ ਤੁਸੀਂ ਉਹਦੇ ਥਰੂ ਜਾ ਕੇ ਦੇਖੋਗੇ, ਫਿਰ ਗੋ ਥਰੂ ਦੈਟ, ਇਟਸ ਰੀਡਸ ਟੂ ਬੀ ਟੂ ਗੁੱਡ ਟੂ ਬੀ ਟਰੂ। ਆਮ ਸੌਰੀ ਬਾਜਵਾ ਸਾਹਿਬ, ਇਸ ਤਰ੍ਹਾਂ ਲੱਗਦਾ ਆਪਾਂ ਕੋਈ ਇੱਕ ਯੂਟੋਪੀਅਨ ਡਰੀਮ ਵੀ ਆਰ ਟਰਾਈਂਗ ਟੂ ਸੈਲ, ਸਪਨਾ ਦਾ ਸੰਸਾਰ ਦਿਖਾ ਰਹੇ ਹਾਂ। ਆਫ ਕੋਰਸ ਇਟ ਇਜ਼ ਆਲਵੇਜ਼ ਗੁੱਡ ਟੂ ਡਰੀਮ, ਇਫ ਯੂ ਕਾਂਟ ਡਰੀਮ ਵੀ ਆਰ ਨੈਵਰ ਗੋਇੰਗ ਟੂ ਰਿਅਲਾਈਜ਼ ਇਟ, ਕਦੋਂ ਉਹਨਾਂ ਨੂੰ ਪੂਰੇ ਕਰਾਂਗੇ। ਮੇਰੀ ਇੱਕ ਗੁਜ਼ਾਰਿਸ਼ ਹੈ, ਸਾਰੇ ਕੰਮ ਹੋਣੇ ਚਾਹੀਦੇ ਹੈ, ਬਟ ਦੇ ਸ਼ੁੱਡ ਬੀ ਡਨ ਇਨ ਅ ਫੇਸਡ ਮੈਨਰ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਮੈਂ ਦੇਖਿਆ 40% ਪੈਸਾ ਜਿਹੜਾ ਹੈ ਔਨ ਸੈਨੀਟੇਸ਼ਨ ਐਂਡ ਇਹਦੇ 'ਤੇ ਵਾਟਰ ਸਪਲਾਈ 'ਤੇ ਲੱਗ ਰਿਹਾ, ਬਟ ਦ ਰੈਸਟ ਆਫ ਮਨੀ ਆਲਸੋ ਇਜ਼ ਬੀਂਗ ਡਨ ਇਨ ਇਕੁਅਲ ਵੇਸ। ਮੇਰੀ ਇੱਕ ਗੁਜ਼ਾਰਿਸ਼ ਹੈ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ, CM ਸਾਹਿਬ, ਮਨੀ ਇਜ਼ ਦੇਅਰ, ਮਨੀ ਇਜ਼ ਬੀਂਗ ਸਪੈਂਟ। ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਖੁਰਚ ਖੁਰਚ ਕੇ ਇਨ, ਮੈਂ ਪੰਜਾਬ ਦੇ ਲੋਕਾਂ ਨਾਲ ਆ ਗੱਲ ਸਾਂਝੀ ਕਰਨਾ ਚਾਹੁੰਦਾ, ਇਹ ਜੀ ਨੌਬਤ ਨਾ ਆਵੇ ਇਹਨਾਂ ਨੂੰ ਆਪਣਾ ਮਾਸ ਕੱਢ ਕੇ ਖੁਆਉਣਾ ਪਵੇ, ਸਾਨੂੰ ਕੋਈ ਪੰਜਾਬ ਦੀ
ਸਰਮਾਇਆ ਕੱਢ ਕੇ ਇਸ ਪਾਸੇ ਲਾਣਾ ਪਵੇ। ਬਟ ਆਹ ਜਿਹੜਾ ਪੈਸਾ ਲੱਗ ਰਿਹਾ ਆਹ ਸਾਥੀਓ ਤੁਹਾਡਾ ਪੈਸਾ ਹੈ, ਆਹ ਸਰਕਾਰ ਦਾ ਨਹੀਂ, ਤੁਹਾਡਾ ਪੈਸਾ। ਸਰਕਾਰ ਦਾ ਕਿਹਦਾ ਪੈਸਾ? ਤੁਹਾਡਾ ਪੈਸਾ ਹੈ। ਇੱਕ ਇੱਕ ਪੈਸਾ ਇਹਨੂੰ ਸਾਂਭ ਕੇ ਰੱਖਿਓ, ਸਾਂਭ ਕੇ ਲਾਇਓ। ਕੁਆਲਿਟੀ ਆਫ ਵਰਕ ਐਂਡ ਕਰਪਸ਼ਨ ਫਰੀ ਵਰਕ ਜਿੱਥੇ ਹੋਊਗਾ ਉਹਦੇ ਨਾਲ ਨਾਲ ਮੇਰੀ ਇੱਕ ਬੇਨਤੀ ਹੈ, ਅਗਰ ਬਾਜਵਾ ਸਾਹਿਬ ਤੁਸੀਂ ਇੰਕਲੂਡ ਕਰ ਸਕੋ, ਪਹਿਲੀ ਹੈਲਥ ਦੀ ਤੁਸੀਂ ਗੱਲ ਕੀਤੀ ਹੈ, ਬਟ ਦੈਟ ਇਜ਼ ਅ ਲੌਂਗ ਸ਼ਾਟ। ਅੱਜ ਤੱਕ ਆਪਣੇ ਕੋਲ ਸ਼ਹਿਰਾਂ ਦੇ ਅੰਦਰ ਡਾਕਟਰ ਮੁਹੱਈਆ ਨਹੀਂ ਕਰਾ ਸਕਦੇ। ਸਮ ਸੋਰਟ ਆਫ ਅ ਮੋਬਾਈਲ ਕਲੀਨਿਕਸ ਜਿਹੜੇ ਪਿੰਡਾਂ 'ਚ ਜਾ ਸਕਣ, ਟੈਸਟ ਕਰ ਸਕਣ, ਬਿਕੋਜ਼ ਦੇ ਆਰ ਛੋਟੀ ਮੋਟੀ ਬਿਮਾਰੀਆਂ ਗਰੀਬ ਤਬਕੇ ਦੇ ਅੰਦਰ, ਖਾਸ ਤੌਰ 'ਤੇ ਸਾਡੀ ਭੈਣਾਂ ਬੀਬੀਆਂ ਬੱਚੀਆਂ ਦੇ, ਉਹਨਾਂ ਨੂੰ ਕੋਈ ਪਿੰਡ ਸ਼ਹਿਰ ਲਿਜਾਣ ਵਾਸਤੇ ਕਿਸੇ ਕੋਲ ਨਾ ਸਮਾਂ, ਦਿਹਾੜੀ ਖਰਾਬ ਹੁੰਦੀ ਹੈ, ਨਾ ਉਹ ਜਾ ਸਕਦੇ। ਕਿਸੇ ਦੇ ਈਵਨ ਡੈਂਟਲ ਪ੍ਰੋਬਲਮ, ਹਾਈਜੀਨਿਕ ਪ੍ਰੋਬਲਮ ਉਹਨਾਂ ਦੀ, ਦੇਰ ਆਰ ਇਸ਼ੂਜ ਰਿਲੇਟਡ ਟੂ, ਜਿਹੜੇ ਉਹਨਾਂ ਨੂੰ ਗਾਇਨੋਕੋਲੋਜੀ ਕੁਛ ਜਾਣਾ ਨਹੀਂ ਜਾ ਨਹੀਂ ਸਕਦੀਆਂ। ਆਈ ਥਿੰਕ ਸਮ ਸੋਰਟ ਆਫ ਮੋਬਾਈਲ ਮੈਡੀਕਲ ਅਸਿਸਟੈਂਸ ਐਂਡ ਫਾਰ ਰੈਗੂਲਰ ਚੈੱਕਅਪਸ, ਜਿਹਦੇ ਨਾਲ ਉਹਨਾਂ ਦੀ ਸ਼ੂਗਰ ਚੈੱਕ ਹੋ ਜਾਏ, ਹੋਮੋਗਲੋਬਿਨ ਲੈਵਲ ਚੈੱਕ ਹੋ ਜਾਣ, ਸਮਥਿੰਗ ਕੁਡ ਬੀ ਪ੍ਰੀਵੈਂਟਿਡ, ਬਿਕੋਜ਼ ਬਾਏ ਦਾ ਟਾਈਮ ਕੈਂਸਰ ਦਾ ਪਤਾ ਲੱਗਦਾ। ਸਾਡੇ ਦਾ ਕੈਂਸਰ ਦੀ ਬੜੀ ਪ੍ਰੋਬਲਮ ਹੈ, ਕੈਂਸਰ ਵਾਲੀ ਦਾ ਅਗਰ ਅਰਲੀ ਡਿਟੈਕਸ਼ਨ ਕੁਡ ਬੀ ਸਮ ਉਹਦਾ ਅਰੇਂਜਮੈਂਟ ਹੋ ਜਾਏ, ਆਈ ਥਿੰਕ ਦੈਟ ਵੁੱਡ ਬੀ ਅ ਵੈਰੀ ਗੁੱਡ ਸਟੈਪ ਟੂ ਟੇਕ। ਪਰ ਇਹਦੇ ਨਾਲ ਨਾਲ ਮੁਸ਼ਕਲਾਂ ਬਹੁਤ ਹੈ ਸੀ ਐਮ ਸਾਹਿਬ, ਮੈਂ ਸਮਝਦਾ, ਬਿਕੋਜ਼ ਇਸ ਕਿਸਮ ਦਾ ਵਤੀਰਾ ਕੇਂਦਰ ਸਰਕਾਰ, ਮੋਦੀ ਸਾਹਿਬ ਦੀ ਸਰਕਾਰ ਪੰਜਾਬ ਦੇ ਨਾਲ ਕਰ ਰਹੀ ਹੈ, ਸੋਤੇਲੀ ਮਾਲ ਆਈ ਵੁੱਡ ਸੇਵ ਦੇ ਹੈਵ ਆਲਰੇਡੀ, ਜਿਸ ਤਰ੍ਹਾਂ ਆਪਾਂ ਨੂੰ ਕੱਟ ਕੇ ਪਾਸੇ ਸਿੱਟ ਤਾਂ ਪੰਜਾਬ ਨੂੰ, ਦੇ ਹੈਵ ਆਲਰੇਡੀ ਰਿਟਰਨ ਆਫ ਪੰਜਾਬ। ਬਟ ਈਵਨ ਇਨ ਦੀਸ ਸਰਕਮਸਟਾਂਸਿਸ ਆਈ ਥਿੰਕ ਅਸੀਂ ਆਪਣੇ ਗਰੀਬ ਦਲਿਤ ਭਾਈਚਾਰਾ, ਜਿਹੜੇ ਵੀ ਗਰੀਬ ਲੋਕ ਹੈ, ਉਹਨਾਂ ਨੂੰ ਵੀ ਓ ਦੈਮ ਦਿਸ ਇਜ਼ ਆਰ ਮੋਰਲ ਡਿਊਟੀ, ਆਪਾਂ ਚਾਹੇ ਕਿੰਨੀ ਵੀ ਸਾਡੀ ਕਮੀ ਹੈ, ਬਟ ਆਈ ਥਿੰਕ ਵੀ ਐਟਲੀਸਟ ਅਗਰ ਪਿੰਡਾਂ ਦੇ ਵਿੱਚ ਉਹ ਖੁਸ਼ਹਾਲੀ ਕਿਸ ਕੰਮ ਦੀ, ਜਿਸ 'ਚ ਗਰੀਬ ਵਾਂਝਾ ਰਹਿ ਜੇ, ਗਰੀਬ ਨੂੰ ਦੇ ਨਾ ਸਕੀਏ, ਉਹਨਾਂ ਨੂੰ ਘੱਟੋ ਘੱਟ, ਜਿਹੜੇ ਗਰੀਬ ਅੱਜ ਵੀ ਬਿਨਾਂ ਪੱਕੀ ਛੱਤ ਦੇ ਬੈਠੇ ਹੈ, ਪੱਕੀ ਛੱਤ ਉਹਨਾਂ ਨੂੰ ਜ਼ਰੂਰ ਆਪਾਂ ਮੁਹੱਈਆ ਕਰਵਾਈਏ, ਜਿਹਦੇ ਉੱਤੇ ਮੈਂ ਤੁਹਾਨੂੰ ਤੋਂ ਬੇਨਤੀ ਕਰੂੰਗਾ। ਅਤੇ ਇਹਦੇ ਨਾਲ ਤੁਸੀਂ ਕੁਛ ਦਿਨ ਪਹਿਲਾਂ ਗਰੀਬਾਂ ਨੂੰ ਮਾਲਕਾਨਾ ਹੱਕ ਦੀ ਗੱਲ ਕੀਤੀ ਸੀ, ਸੀ ਐਮ ਸਾਹਿਬ ਮੇਰੀ ਗੁਜ਼ਾਰਿਸ਼ ਹੈ, ਪਿੰਡਾਂ ਦੇ ਅੰਦਰ ਜਿਸ ਤਰ੍ਹਾਂ ਲਾਲ ਡੁਰਾ, ਲਾਲ ਲਕੀਰਾਂ ਦੇ ਅੰਦਰ ਜਿਹੜੀਆਂ ਜ਼ਮੀਨਾਂ, ਉਹਨਾਂ ਦੇ ਵਿੱਚ ਜਿਹੜੇ ਗਰੀਬ ਅਰਸੇ ਤੋਂ ਬੈਠੇ ਹੈ, ਉਹਨਾਂ ਦੀ, ਉਹਨਾਂ ਨੂੰ ਮਾਲਕਾਨਾ ਮਲਕੀਅਤ ਦੇ ਹੱਕ ਉਹਨਾਂ ਨੂੰ ਜ਼ਰੂਰ ਦਿੱਤੇ ਜਾਣ, ਕਿਉਂਕਿ ਅੱਜ ਉਹਦੇ ਕੰਨੀ ਬੜੀ ਆਸ ਨਾਲ ਦੇਖਦੇ, ਅਗਰ ਗਰੀਬਾਂ ਦੀ, ਦਲਿਤ ਭਾਈਚਾਰੇ ਦੀ ਬਾਂਹ ਅਗਰ ਕੋਈ ਪਕੜ ਸਕਦਾ, ਸਭ ਨੂੰ ਪਤਾ ਕਾਂਗਰਸ ਪਾਰਟੀ ਪਕੜ ਸਕਦੀ ਹੈ, ਕਾਂਗਰਸ ਪਾਰਟੀ ਦੀ ਆਈਡੀਓਲੋਜੀ ਹੈ। ਲਾਸਟ ਬਟ ਨਾਟ ਦਾ ਲੀਸਟ, ਆਈ ਨੋ ਆਮ ਗੋਇੰਗ ਬਿਯੋਂਡ ਦਾ ਏਜੰਡਾ ਟੂਡੇ, ਬਟ ਆਈ ਥਿੰਕ ਉਹ ਏਜੰਡਾ, ਜੇ ਅੱਜ ਆਪਾਂ ਪਿੰਡਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ, ਪਿੰਡ ਕਿਵੇਂ ਖੁਸ਼ਹਾਲ ਰਹਿ ਜੂਗਾ? ਰਾਹੁਲ ਜੀ, ਯੂ ਨੋ ਇਟ ਵੈਰੀ ਵੈਲ, 3 ਦਿਨ ਲਾ ਕੇ ਗਏ ਹੋ ਤੁਸੀਂ, ਜੇ ਯੂ ਟੇਕ ਕਿਸਾਨ ਆਊਟ ਆਫ ਦ ਵਿਲੇਜ, ਪਿੰਡ 'ਚ ਰਹਿ ਕੀ ਜੂਗਾ ਸਰ? ਨਾ ਤਾਂ ਗਰੀਬ ਹੈ, ਨਾ ਜਿਹੜਾ ਮਜ਼ਦੂਰੀ ਕਰਦਾ, ਦਿਹਾੜੀ ਕਰਦਾ, ਖੋਦੀ ਕਰਦਾ, ਚੁਗਾਈ ਕਰਦਾ, ਸਪਰੇਅ ਕਰਦਾ। ਜੇ ਕਿਸਾਨ ਮਾਰਤਾ, ਜਿਸ ਤਰ੍ਹਾਂ ਬੀਜੇਪੀ ਦੀ ਸਰਕਾਰ ਲੱਗੀ ਹੈ ਕਿਸਾਨ ਨੂੰ ਮਾਰਨ ਵਾਸਤੇ, ਮੈਂ ਨਹੀਂ ਸਮਝਦਾ ਪਿੰਡ ਬਚਣੇ, ਨਾ ਹੀ ਪੰਜਾਬ ਬਚੂਗਾ, ਨਾ ਪਿੰਡ ਬਚਣਗੇ। ਆਈ ਥਿੰਕ ਦਿਸ ਇਜ਼ ਅ ਫਾਈਟ, ਅਗਰ ਪਿੰਡ ਬਚਾਉਣੇ ਆ, ਉਸ ਤੋਂ ਪਹਿਲਾਂ ਆਏ, ਮੈਂ ਧੰਨਵਾਦੀ ਹਾਂ ਤੁਹਾਡਾ, ਮੈਂ ਧੰਨਵਾਦੀ ਹਾਂ ਰਾਹੁਲ ਜੀ ਦਾ, ਜਿਨ੍ਹਾਂ ਨੇ ਸੈਂਟਰ ਲੈਵਲ 'ਤੇ ਦੇਸ਼ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਹੈ। ਬਟ ਵੀ ਮਸਟ ਫਾਈਟ ਦੀਜ਼ ਡਰੈਕੋਨੀਅਨ ਐਂਟੀ ਫਾਰਮ ਲਾਅ, ਜਿਹੜੇ ਕਿਸਾਨ ਮਾਰੂ ਕਾਲੇ ਕਾਨੂੰਨ ਲੈ ਕੇ ਆਈ ਹੈ ਬੀਜੇਪੀ, ਇਹਨਾਂ ਨੂੰ ਰੋਕਣ ਵਾਸਤੇ ਹਰ ਸੰਭਵ ਪ੍ਰਯਾਸ ਮੈਨੂੰ ਪਤਾ ਹੈ ਤੁਸੀਂ ਕਰ ਰਹੇ ਹੋ, ਪਰ ਫਿਰ ਵੀ ਮੈਂ ਚਾਹੂੰਗਾ ਵੀ ਅੱਜ ਤੁਸੀਂ ਪੰਜਾਬ ਦੇ ਲੋਕਾਂ ਨੂੰ, ਜਿੱਥੇ 1500 ਥਾਵਾਂ 'ਤੇ ਪਿੰਡਾਂ ਦੇ ਲੋਕ ਜੁੜੇ ਆ, ਉਹਨਾਂ ਨੂੰ ਯਕੀਨ ਦਵਾਓ ਵੀ ਅਸੀਂ ਹਰ ਹੱਦ ਤਾਂ ਹੀ ਜਾਵਾਂਗੇ,
ਪੰਜਾਬ ਦੇ ਕਿਸਾਨ ਦਾ, ਹਿੰਦੁਸਤਾਨ ਦੀ ਕਿਸਾਨੀ ਦਾ ਅਸੀਂ ਰਾਖੀ ਬਣ ਕੇ ਰਵਾਂਗੇ। ਇਹਦੇ ਨਾਲ ਮੈਂ ਇੱਕ ਵਾਰ ਫਿਰ ਸਾਡੇ ਸਰਪੰਚ ਸਰਪੰਚ ਤੇ ਸਾਡੇ ਸਾਰੇ ਗ੍ਰਾਮੀਣ ਸਾਥੀਆਂ ਦਾ ਤੇ ਸਾਰੇ ਐਮ ਮੰਤਰੀ ਐਮ ਐਲ ਏ ਤੇ ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਪੰਜਾਬ ਤੇ ਸਾਡੇ ਨੌਜਵਾਨ ਯੂਥ ਦਲ ਦੇ ਪ੍ਰਧਾਨ ਢਿੱਲੋਂ ਸਾਹਿਬ ਨੂੰ ਬਹੁਤ ਬਹੁਤ ਹੀ ਧੰਨਵਾਦ ਕਰਦਾ। ਜੈ ਹਿੰਦ। ਰਾਖੀ ਬਣ ਕੇ ਰਵਾਂਗੇ ਇਹਦੇ। ਮੈਂ ਹੁਣ ਆਪਣੇ ਪੰਜਾਬੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਜਿਹਨਾਂ ਦੀ ਸੋਚ ਨੇ ਸਕੀਮ ਬਣਾਈ ਆ ਉਹ ਆਪਣੇ ਘਰ ਰੱਖਣ। ਮਿਹਰਬਾਨੀ ਤ੍ਰਿਪਤੀ, ਅੱਜ ਪਹਿਲਾਂ ਤਾਂ ਖੁਸ਼ੀ ਮੈਨੂੰ ਬਹੁਤ ਹੈ ਕਿ ਰਾਹੁਲ ਗਾਂਧੀ ਜੀ ਨੇ ਸਾਡਾ ਜਿਹੜਾ ਸਦਾ ਸੀ, ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਇਹ ਅਸੀਂ ਸਕੀਮ ਚਲਾਉਣਾ ਚਾਹੁੰਦੇ ਹਾਂ ਤੁਸੀਂ ਆਓਗੇ, ਉਹਨਾਂ ਨੇ ਇੱਕੋ ਲਫ਼ਜ਼ ਮੈਨੂੰ ਭੇਜਿਆ ਕਿ ਸ਼ੋਰ, ਕਿ ਸੋਚਣ ਦੀ ਲੋੜ ਪਈ, ਇਹ ਵਧੀਆ ਸਕੀਮ ਹੈ। ਔਰ ਉਸ ਕਰਕੇ ਅੱਜ ਮੈਂ ਤੁਹਾਡਾ ਧੰਨਵਾਦੀ ਹੈ ਰਾਹੁਲ ਜੀ, ਜਿਹੜੇ ਤੁਸੀਂ ਅੱਜ ਕੋਲ ਆਏ ਹੋ ਔਰ ਸਾਡੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਅੱਜ ਤੁਸੀਂ ਸਪੋਰਟ ਕਰੋਗੇ ਇਸ ਵਿਜੂਅਲ ਵਰਚੁਅਲ ਕਾਨਫਰੰਸ ਦੇ ਰਾਹੀਂ। ਔਰ ਇਹ ਸਕੀਮ ਵੀ ਇਹੋ ਜਿਹੀ ਹੈ ਜਿਹੜੀ ਆਪਣੇ ਪੰਜਾਬ ਨੂੰ ਬਹੁਤ, ਜੈਸੇ ਤੁਸੀਂ ਨੇ ਦੱਸਿਆ, ਅੱਗੇ ਵਾਧੂ ਲੋਕਾਂ ਨੂੰ ਆਪਣੇ ਪਿੰਡ ਹੀ ਅਗਰ ਵਧੀਆ ਹੋਣਾ ਤਾਂ ਫਿਰ ਸ਼ਹਿਰ ਜਾਣ ਦੀ ਕੀ ਲੋੜ ਪਊਗੀ ਲੋਕਾਂ, ਔਰ ਉਹ ਸਾਨੂੰ ਲੋੜ ਹੈ ਕਿ ਪਿੰਡਾਂ ਦੇ ਵਿੱਚੋਂ ਲੋਕ ਰਹਿਣ। ਅੱਜ ਤੁਸੀਂ ਆਏ ਹੋ ਸੁਨੀਲ ਜਾਖੜ ਜੀ, ਸਾਡੇ ਪ੍ਰਧਾਨ ਸਾਹਿਬ, ਸਾਰੇ ਮੇਰੇ ਸਾਥੀ ਮਿਨਿਸਟਰ ਸਾਹਿਬਾਨ ਨੇ ਉਹਦੇ, ਐਮ ਐਲ ਏ ਸਾਹਿਬਾਨ ਨੇ ਉਹਦੇ, ਵਰਿੰਦਰ ਢਿੱਲੋਂ ਜੀ ਜਿਹੜੇ ਜੋਸ਼ੈਲੀ ਇੱਕ ਜੋਸ਼ੀਲੀ ਬੜੀ ਇਹਨਾਂ ਨੇ ਹੋਣੀ ਭਾਸ਼ਣ ਦਿੱਤਾ ਹੈ, ਔਰ ਵੀ ਇਹੋ ਜਿਹੀ ਤਕੜੇ ਇੱਕ ਨੌਜਵਾਨ ਸਰਪੰਚ ਸਾਹਿਬਾਨ, ਸਰਪੰਚ ਸਾਹਿਬ, ਪੰਚ ਸਾਹਿਬਾਨ ਔਰ ਸਾਹਿਬਾ ਹੁਣ ਤਾਂ ਸਾਡੇ ਕੋਲ ਬਹੁਤ ਆ ਗਈਆਂ ਨੇ ਇਹਦੇ ਵਿੱਚ। ਔਰ ਰਾਹੁਲ ਜੀ, ਤੁਹਾਨੂੰ ਪਤਾ ਨਹੀਂ ਲੱਗਿਆ, ਅਸੀਂ ਪਰਸੋਂ ਚੌਥੇ ਅਸੀਂ ਗਵਰਨਮੈਂਟ ਦੇ ਉਹਦੇ ਵਿੱਚ ਆਪਣੇ ਜਿਹੜੇ ਇੰਪਲੋਇਮੈਂਟ ਹੋਏਗੀ ਉਹ ਵੀ ਮੱਥੇ ਘੱਟ ਅਸੀਂ ਰਿਜ਼ਰਵ ਕਰ ਦਿੱਤੀ ਲੇਡੀਜ਼ ਦੇ ਲਈ। ਸੋ ਨੋਟ ਓਨਲੀ ਇਨ ਦੀ ਪਬਲਿਕ ਜਿਹੜੀ ਇੰਸਟੀਟਿਊਸ਼ਨਸ ਨੇ ਆਪਣੀ ਜ਼ਿਲ੍ਹਾ ਪਰਿਸ਼ਦ ਵਗੈਰਾ, ਲੇਕਿਨ ਇਸ ਵਾਸਤੇ ਵੀ ਇੱਕ ਤਾਂ ਹੈ ਫਿਰ ਸਾਰੇ ਅੱਜ ਸਰਪੰਚ, ਪੰਚ ਸਾਹਿਬਾਨ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਜੋ ਅੱਜ ਤੁਸੀਂ ਇਸ ਸਮਾਗਮ ਨੂੰ ਦੇਖ ਰਹੇ ਹੋ, ਸਾਰੇ ਮੇਰੀ ਦਿਲੋਂ ਬਹੁਤ ਬਹੁਤ ਫਤਿਹ। ਅੱਜ ਪਹਿਲਾਂ ਤਾਂ ਮੈਂ ਸ਼ੁਰੂ ਕਰੂੰਗਾ ਕਿ ਨਵਰਾਤਿਆਂ ਦਾ ਪਹਿਲਾ ਦਿਨ ਹੈ, ਉਹਦੇ 'ਤੇ ਸਾਰੇ ਪੰਜਾਬ ਬਹੁਤ ਵਧਾਈ ਹੋਏ, ਵਾਹਿਗੁਰੂ ਕਰੇ ਤੁਸੀਂ ਸਾਰੇ ਖੁਸ਼ ਰਹੋ, ਤੁਹਾਡੇ ਪਰਿਵਾਰ ਖੁਸ਼ ਰਹਿ। ਇਹ ਜਿਹੜਾ ਇਹ ਜਿਹੜੀ ਸਕੀਮ ਚਲਾਈ ਸਾਡੇ ਇੱਥੇ ਬਾਜਵਾ ਜੀ ਨੇ ਬੜੇ ਕਾਬਲ ਤਰੀਕੇ ਨਾਲ, ਉਹਨਾਂ ਦੇ ਮਹਿਕਮੇ ਨੇ, ਪਹਿਲਾਂ ਤਾਂ ਤੁਹਾਨੂੰ ਸਾਰੀ ਮੇਰੀ ਵਧਾਈ, ਤੁਸੀਂ ਬੜਾ ਟੌਪ ਕਲਾਸ ਕੰਮ ਕੀਤਾ ਹੈ ਔਰ ਤੁਹਾਡੀ ਹਿੰਮਤ ਨਾਲ, ਤੁਹਾਡੇ ਅਸਰਾਂ ਨਾਲ ਸਾਰਿਆਂ ਨੇ ਇੱਕ ਅੱਛੀ ਵਧੀਆ ਪੰਜਾਬ ਦੇ ਲਈ ਬਣਾਈ ਹੈ। ਮੈਨੂੰ ਸ਼ਾਇਦ ਕਈਆਂ ਨਹੀਂ ਯਾਦ ਜਾਂ ਪਤਾ ਹੋਏ, ਲੇਕਿਨ ਮੈਂ ਵੀ ਦਿਹਾਤੀ ਵਿਕਾਸ ਦਾ ਵਜ਼ੀਰ ਹਾਂ 1965 ਤੋਂ 86 ਤੱਕ, 85 ਤੋਂ 86 ਤੱਕ ਐਂਡ 40 ਦੇ ਉੱਪਰ 35 ਸਾਲ ਮਹੀਨੇ, ਜ਼ਮਾਨਾ ਹੋਰ ਸੀ, ਡਿਵੈਲਪਮੈਂਟ ਹੋਰ ਸੀ, ਰਿਕੁਆਇਰਮੈਂਟਸ ਹੋਰ ਸੀ, ਹੁਣ ਤਾਂ ਸਭ ਕੁਛ ਬਦਲ ਗਿਆ। ਔਰ ਲੋਕ ਚਾਹੁੰਦੇ ਨੇ ਕਿ ਜੋ ਫੈਸਿਲਿਟੀਜ਼ ਹੁਣ ਅੱਜ ਟੈਲੀਵਿਜ਼ਨ ਦੇਖ ਲਓ, ਸਾਰੀ ਦੁਨੀਆ ਨੂੰ ਦੇਖ ਰਹੇ ਹੋ ਉਹਦੇ ਵਿੱਚ,
ਜਿੱਥੇ ਮਰਜ਼ੀ ਤੁਸੀਂ ਟਰਨ ਜਦ ਉੱਥੇ ਹੋ ਰਿਹਾ ਕਿ ਸਾਡੇ ਪੰਜਾਬ ਵਿੱਚ ਕਿਉਂ, ਸਾਡੇ ਹਿੰਦੁਸਤਾਨ ਵਿੱਚ ਕਿਉਂ ਨਹੀਂ। ਸੋ ਇਸ ਕਰਕੇ ਇਹ ਜ਼ਰੂਰੀ ਸੀ ਕਿ ਅਸੀਂ ਆਪਣੀ ਡਿਵੈਲਪਮੈਂਟ, ਰੂਰਲ ਡਿਵੈਲਪਮੈਂਟ ਔਰ ਅਰਬਨ ਡਿਵੈਲਪਮੈਂਟ ਦੋਨਾਂ ਨੂੰ ਅਸੀਂ ਵਧੀਆ ਤਰੀਕੇ ਨਾਲ ਅੱਗੇ ਲਿਜਾਈਏ। ਇਹਦੇ ਵਿੱਚ ਕਈ ਗੱਲਾਂ ਕੀਤੀਆਂ ਸੀ। ਪਹਿਲੀ ਅਸੀਂ ਫੇਜ਼ ਵਨ ਸ਼ੁਰੂ ਕੀਤੀ, ਉਹਦੇ ਵਿੱਚ 835 ਕਰੋੜ ਲਗਾਏ ਔਰ ਉਹਦੇ ਵਿੱਚ ਸ਼ੁਰੂਆਤ ਇਹ ਹੋਈ, ਜੈਸੇ ਤੁਹਾਨੂੰ ਮਿਨਿਸਟਰ ਸਾਹਿਬ ਨੇ ਦੱਸਿਆ ਹੈ ਕਿ ਲਾਈਟਾਂ ਲਾਤੀਆਂ ਪਿੰਡਾਂ ਦੇ, ਉੱਥੇ ਜਿਹੜੇ ਟੋਭੇ ਸੇ ਪਿੰਡਾਂ ਨੇ ਉਹਦੀ ਸਫਾਈ ਵਾਸਤੇ ਪਾਰਕ ਬਣਾ ਤੇ, ਜਿਮਨੇਜ਼ੀਅਮ ਬਣਾ ਤੇ, ਕਮਿਊਨਿਟੀ ਸੈਂਟਰ ਬਣਾ ਤੇ, ਡਰਿੰਕਿੰਗ ਵਾਟਰ ਦੀ ਸਕੀਮਾਂ ਬਣਾ ਤੀਆਂ, ਆਂਗਣਵਾੜੀ ਮਾਡਲ ਸੈਂਟਰ ਬਣਾ ਤੇ, ਸਮਾਰਟ ਸਕੂਲ, ਸਾਰੇ ਵੇਸਟ ਮੈਨੇਜਮੈਂਟ, ਸਾਰਾ ਕੁਝ ਜਿਹੜਾ ਅਸੀਂ ਸਮਝਦੇ ਸੀ ਕਿ ਜਿਹੜਾ ਇਹ ਗੱਲ ਚੱਲ ਸਕਦੀ ਔਰ ਇਹਦਾ ਰਿਐਕਸ਼ਨ ਲੋਕਾਂ ਦੇ ਵਿੱਚ ਬਹੁਤ ਅੱਛਾ ਹੋਇਆ ਸੀ। ਤਾਂ ਹੀ ਅਸੀਂ ਅੱਜ ਸਾਡੇ ਮਿਨਿਸਟਰ ਸਾਹਿਬ ਨੇ ਐਂਡ ਮਨਪ੍ਰੀਤ ਜੀ, ਮੈਂ ਤੁਹਾਡਾ ਤਰਵਾਰੀਆਂ ਵਿੱਚੋਂ ਮੇਡ ਇਟ ਪੋਸੀਬਲ ਕਿ ਇਹ ਤੁਸੀਂ ਹੁਣ ਆਪਣੀ ਸੈਕਿੰਡ ਸਕੀਮ, ਸੈਕਿੰਡ ਫੇਜ਼ ਜਿਹੜਾ ਸਾਡਾ ਉਹਨੂੰ ਤੁਸੀਂ ਟੇਕਣ, 2,775 ਕਰੋੜ ਰੁਪਇਆ ਲੈਣਾ ਹੈ, 48,910 ਸਕੀਮਾਂ ਚੱਲਣਗੀਆਂ ਇਹ ਫੇਜ਼ 2 ਦੇ ਵਿੱਚ। ਅਤੇ ਇਹ ਜਿਹੜੀ ਗੁੱਡਵਿਲ ਜਨਰੇਟ ਹੋਈ ਹੈ, ਜੋ ਲੋਕ ਅੱਜ ਸਮਝਦੇ ਨੇ ਕਿ ਸਾਡੇ ਪਿੰਡਾਂ ਵਿੱਚ ਵਧੀਆ ਕੰਮ ਹੋ ਰਿਹਾ, ਇਹ ਵਧੀਆ ਹੋਰ ਵੀ ਹੋ ਗਿਆ। ਕਰੋਗੇ ਤੁਸੀਂ ਜਿਹੜੇ ਸਾਡੇ ਪੰਜ ਸਰਪੰਚ ਸਾਹਿਬ ਨੇ ਔਰ ਤੁਹਾਡੇ ਪਿੰਡਾਂ ਦੇ ਵਿੱਚ ਹੀ, ਔਰ ਅਸੀਂ ਮਦਦ ਕਰਾਂਗੇ। ਬੜੀ ਪੈਸੇ ਸਾਰੇ ਟ੍ਰਾਂਸਫਰ ਹੋ ਗਏ ਨੇ, ਅੱਜ ਸਾਡੇ ਐਡੀਕੁਏਟ ਫੰਡ ਅਸੀਂ ਭੇਜਦੇ ਨੇ, 13,264 ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਕੋਲ ਪੈਸੇ ਪਹੁੰਚ ਗਏ। ਸੋ ਤੁਸੀਂ ਹੁਣ ਅੱਗੇ ਸ਼ੁਰੂ ਕਰਨਾ ਔਰ ਜਿੰਨੀ ਜਲਦੀ ਕਰੋਗੇ ਇੰਨਾ ਤੁਹਾਡਾ ਵਧੀਆ ਤੁਹਾਡਾ ਪਿੰਡ ਇੱਥੇ ਵਧੂਗਾ। ਇਸ ਤੋਂ ਇਲਾਵਾ 750 ਅਸੀਂ ਸਟੇਡੀਅਮ ਬਣਾ ਰਹੇ ਹਾਂ ਸਪੋਰਟਸ ਵਾਸਤੇ। ਮੈਂ ਚਾਹੁੰਦਾ ਕਿ ਨੌਜਵਾਨ ਇਸ ਕੰਮ 'ਚ ਪੈਣ ਔਰ ਇਹ ਨਸ਼ੇ ਨੁਸ਼ਿਆਂ ਤੋਂ ਦੂਰ ਹੋਣ। ਇਹਦੇ ਵਾਸਤੇ ਅਸੀਂ 5 ਸਟੇਡੀਅਮ ਇੱਕ ਬਲੋਕ ਦੇ ਵਿੱਚ ਰੱਖੇ ਨੇ ਐਂਡ 4 ਏਕਰ, 2 ਏਕਰ ਔਰ 1 ਏਕਰ ਦਾ ਪਲੇ ਗਰਾਊਂਡ ਛੋਟੇ ਬੱਚਿਆਂ ਵਾਸਤੇ ਵੀ ਅਸੀਂ ਰੱਖੇ ਨੇ ਤਾਂ ਕਿ ਉਹ ਵੀ ਸ਼ੁਰੂ ਤੋਂ ਹੀ ਆਪਣੇ ਇੱਥੇ ਸ਼ੁਰੂ ਇਸ ਕੰਮ 'ਚ ਪੈਣ। ਇੱਕ ਹੋਰ ਗੱਲ ਜਿਹੜੀ ਪੰਜਾਬ ਵਾਸਤੇ ਵਧੀਆ, ਸਾਡੇ ਕੋਲ ਜੰਗਲਾਤ ਤਾਂ ਕੁਛ ਹੈ ਨਹੀਂ ਉਰੇ, ਲੇਕਿਨ ਪਹਿਲੇ ਪਾਤਸ਼ਾਹੀ ਗੁਰੂ ਨਾਨਕ, ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵਾਂ ਜਨਮ ਦਿਹਾੜੇ 'ਤੇ ਅਸੀਂ ਕਿਹਾ ਸੀ ਕਿ ਹਰ ਪਿੰਡ ਵਿੱਚ 500 ਦਰਖਤ ਸੇਵਾ ਔਰ ਉਹ ਕਾਮਯਾਬ ਸਕੀਮ ਹੈ। ਲੋਕਾਂ ਨੇ ਸਿਰਫ ਉਹ ਹੀ ਨਹੀਂ ਲੇਕਿਨ ਆਪਣੇ ਘਰਾਂ ਦੇ ਵਿੱਚ ਵੀ, ਮੈਂ ਜਦ ਗਿਆ ਸੀ ਘੁੰਮਣ ਵਾਸਤੇ ਉੱਪਰ ਬੱਸ ਦੇ ਉੱਪਰ ਬੈਠੇ ਸੀ ਇਲੈਕਸ਼ਨ ਦੇ ਦੌਰਾਨ, ਮੈਂ ਦੇਖ ਰਿਹਾ ਸੀ ਆਪਣੇ ਵਿਹੜਿਆਂ ਵਿੱਚ ਵੀ ਉਹਨਾਂ ਨੇ ਲਾਏ ਹੋਏ ਨੇ ਬੂਟੇ। ਸੋ ਇਟ ਵੈਰੀ ਗੁੱਡ ਥਿੰਗ ਜਿਹੜਾ ਆਪਣਾ ਹੁਣ ਇਹ ਗ੍ਰੀਨਰੀ ਪੰਜਾਬ ਦੇ ਵਿੱਚ ਹੋਣ ਲੱਗ ਗਈ। ਇਹ ਵਾਸਤੇ ਅਸੀਂ 22,000 ਵਣ ਮਿੱਤਰ ਲਾਏ ਨੇ ਜਿਹੜੇ ਇਹਨੂੰ ਦੇਖਭਾਲ ਕਰਨ, ਇਹ ਨਹੀਂ ਕਿ ਲਾ ਕੇ ਦਰਖਤ ਭੁੱਲ ਜਾਈਏ ਆਪਾਂ, ਲੇਕਿਨ ਉਹ ਦੇਖਦੇ ਰਹਿਣਗੇ, ਉਹਦੀ ਸੰਭਾਲ ਕਰਨਗੇ ਤਾਂ ਕਿ ਇਹ ਗੱਲ ਨਾ ਫੋਰੈਸਟ ਕਵਰੇਜ ਦੇ ਨਾਲ ਇਨਕਰੀਜ਼ ਜਿਹੜਾ ਹੋਇਆ ਉਹ 11,363 ਏਕੜ ਵਧਿਆ ਇਹ ਬੂਟਿਆਂ ਦੇ ਨਾਲ। ਸੋ ਇਟਸ ਅ ਵੈਰੀ ਗੁੱਡ ਪੋਜ਼ਿਟਿਵ ਥਿੰਗ। ਅਤੇ ਮਹਾਤਮਾ ਗਾਂਧੀ ਸਰਵਾਂਗ ਵਿਕਾਸ ਯੋਜਨਾ 11 ਲੱਖ ਬੰਦੇ ਨਾਲ ਕਵਰ ਹੋ ਗਏ ਨੇ ਐਂਡ ਜਿਹੜੀ ਤੁਸੀਂ ਅੱਜ ਪਟਿਆਲੇ ਜਦੋਂ ਆਏ ਸੀ, ਤੁਸੀਂ ਪਟਿਆਲੇ ਵਿੱਚ ਇਹ ਘਰ ਘਰ ਰੋਜ਼ਗਾਰ ਸਕੀਮ ਚਲਾਈ ਸੀ, ਉਹਦੇ ਵਿੱਚ ਕਮਿਟਮੈਂਟ, ਦਿਸ ਇਜ਼ ਕਮਿਟਮੈਂਟ ਟੂ ਗੈਟ ਜੋਬਸ ਫੋਰ ਯੂਥ। ਮੈਨੂੰ ਖੁਸ਼ੀ ਹੁੰਦੀ ਹੈ ਅੱਜ ਕਹਿੰਦੇ ਹੋਏ ਕਿ ਹੁਣ ਤੱਕ 15,72,000 ਨੌਕਰੀਆਂ ਜਾਂ ਤਾਂ ਅਸੀਂ ਦੇ ਦਿੱਤੀਆਂ ਕਿ ਨੇ ਸਿਵਲ ਦੇ ਫੌਜ ਵਿੱਚ, ਜਾਂ ਫੈਸਿਲੀਟੇਟ ਕੀਤੀਆਂ ਨੇ ਇਨ ਦਾ ਪ੍ਰਾਈਵੇਟ ਸੈਕਟਰ, ਸੈਲਫ ਇੰਪਲੋਇਮੈਂਟ ਸਕੀਮਸ ਐਂਡ ਅਫਕੋਰਸ ਡਾਕਟਰ। ਹੁਣ ਗਵਰਨਮੈਂਟ ਵਾਸਤੇ
ਅਸੀਂ 1,00,000 ਨੌਕਰੀ, 50,000 ਇਸ ਸਾਲ ਔਰ 50,000 ਨੈਕਸਟ ਈਅਰ ਅਸੀਂ ਗਵਰਨਮੈਂਟ ਜੋਬਸ ਦੇ ਵਿੱਚ ਅਨਾਊਂਸ ਕੀਤੀ ਹੈ ਇਹਦੇ ਵਾਸਤੇ। ਐਂਡ ਲਾਸਟਲੀ ਅੱਜ ਸਾਡੇ ਪ੍ਰਧਾਨ ਸਾਹਿਬ ਨੇ ਗੱਲ ਕਹੀ ਹੈ ਕਿ ਦੋ ਗੱਲਾਂ ਨੇ, ਇੱਕ ਤਾਂ ਬਹੁਤ ਦੇਰ ਤੋਂ ਗਰੀਬ ਜਨਤਾ ਵਿਚਾਰੀ ਬੈਠੀ ਹੈ ਇੰਡੀਪੈਂਡੈਂਸ ਤੋਂ ਪਹਿਲਾਂ ਤੋਂ, ਔਰ ਨਾਲ ਡੋਰੇ ਦੇ ਵਿੱਚ ਹੋ ਰਿਹਾ ਹੈ, ਉਹਨਾਂ ਦੇ ਕੋਲ ਨਾ ਕੋਈ ਭਾੜਾ, ਨਾ ਕੋਈ ਡਿਵੈਲਪਮੈਂਟ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਅਸੀਂ ਇੱਕ ਸਕੀਮ ਲਿਆ ਰਹੇ ਹਾਂ ਕਿ ਅਸੀਂ ਪ੍ਰੋਪਰਾਇਟਰੀ ਰਾਈਟਸ ਉਹਨਾਂ ਨੂੰ ਦੇ ਰਹੇ ਹਾਂ ਕਿ ਜਿਹੜੇ ਡੋਰੇ ਆਬਾਦੀ ਦੇ ਇਹਦੇ ਵਿੱਚ ਹੋਣ ਉਹਦੇ ਵਿੱਚ ਅਸੀਂ ਉਹਨਾਂ ਨੂੰ ਜ਼ਮੀਨ ਦੇ ਦਿੰਦੇ ਹਾਂ ਕਿ ਤੁਸੀਂ ਆਪਣਾ, ਔਰ ਹਰ ਇੱਕ ਹੋਰ ਚੀਜ਼ ਜਿਹੜੇ ਬਹੁਤ ਬਹੁਤ ਗਰੀਬ ਨੇ, ਮੈਂ ਪਿੱਛੇ ਇਸ ਬਾਅਦ ਐਤਕੀ ਤਾਂ ਬਾਦਸ਼ਾਹ ਐਡਰ ਸਾਡੇ ਵੱਲ ਨਹੀਂ ਪਈਆਂ, ਬਟ ਅਗਰ ਉਧਰ ਪਾਸੇ ਦੱਖਣ ਪੰਜਾਬ 'ਚ ਬਥੇਰੀਆਂ ਪਈਆਂ ਨੇ, ਝੁੱਗੀਆਂ ਹੁੰਦੀਆਂ ਨੇ ਆਮ ਤੌਰ 'ਤੇ, ਉਹ ਝੁੱਗੀਆਂ ਬਾਰਿਸ਼ ਦੇ ਵਿੱਚ ਡੁੱਬ ਜਾਂਦੀਆਂ ਨੇ, ਜਾਨਵਰ ਵੀ ਖਰਾਬ ਹੁੰਦੇ ਨੇ, ਘਰ ਵੀ ਢਹਿ ਜਾਂਦੇ ਨੇ। ਤਾਂ ਇੱਕ ਸਕੀਮ ਅਸੀਂ ਇਹ ਚਲਾਈ ਹੈ ਕਿ ਹਰ ਘਰ ਦੇ ਵਿੱਚ ਇੱਕ ਪੱਕੀ ਛੱਤ, ਲੈਟ ਮੀ ਵੀ ਗਿਵ ਫੁੱਲ ਕੌਂਕਰੀਟ ਰੂਫ ਟੂ ਵਨ ਹਾਊਸ, ਜਿੱਥੇ ਜਿੱਥੇ ਫਿਰ ਇਹ ਪ੍ਰੋਬਲਮ ਨਾ ਹੋ, ਸਿਰਫ ਡੰਗਰਾਂ ਵਾਸਤੇ ਨਹੀਂ, ਇਹ ਜਿਹੜੇ ਛੱਪੜ ਹੁੰਦੇ ਸੀ ਲੋਕ ਵਿਚਾਰੇ ਅੱਜ ਵੀ ਘਰਾਂ ਦੇ ਵਿੱਚ ਇਹ ਛੱਪੜਾਂ ਦੇ ਵਿੱਚ ਰਹਿ ਰਹੇ ਸੀ, ਔਰ ਉਹਨਾਂ ਨੂੰ ਅਸੀਂ ਉਹਨਾਂ ਦੇ ਵਾਸਤੇ ਇਹ ਕੰਮ ਕਰਨਾ ਜ਼ਰੂਰੀ ਸੀ। ਤੋ ਅੱਜ ਮੈਂ ਖੁਸ਼ੀ ਹੈ ਬਹੁਤ, ਅੱਜ ਕੁਝ ਤੁਸੀਂ ਸੁਣ ਲਿੱਤਾ, ਸਾਡੇ ਪ੍ਰਧਾਨ ਸਾਹਿਬ, ਸਾਡੇ ਯੂਥ ਕਾਂਗਰਸ ਸਾਹਿਬ, ਸਾਡੇ ਮਿਨਿਸਟਰ ਸਾਹਿਬ ਦੋਨੋਂ, ਅਤੇ ਫਿਰ ਬਾਜਵਾ ਜੀ ਜਿਨ੍ਹਾਂ ਦਾ ਮਹਿਕਮਾ ਹੈ ਹੂ ਇਜ਼ ਡੂਇੰਗ ਅ ਗ੍ਰੇਟ ਜੋਬ ਔਨ ਦਿਸ, ਐਂਡ ਆਪਣੇ ਮਨਪ੍ਰੀਤ ਜੀ ਹੂ ਦੇ ਫਾਊਂਡ ਆਫ ਦੇ ਰਿਸੋਰਸਿਸ ਕਾਲੇ ਕਾਨੂੰਨ ਸਰ, ਕਾਲੇ ਕਾਨੂੰਨ ਤਾਂ ਰਾਹੁਲ ਜੀ ਵੀ ਔਲ ਨੋ ਵਟ ਦੇ ਡਨ ਟੂ ਦਾ ਫਾਰਮਿੰਗ ਕਮਿਊਨਿਟੀ, ਵਟ ਦੇ ਆਰ ਬਿਹੇਵਿੰਗ, ਵੀ ਆਰ ਡੇ ਆਫ ਪਰਸੋਂ ਨੂੰ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੋਇਆ, ਐਂਡ ਵੀ ਆਰ ਗੋਇੰਗ ਟੂ ਟੇਕ ਡਿਬੇਟ ਦਿਸ ਇਸ਼ੂ ਦੇਰ ਐਂਡ ਟੇਕ ਇਸ਼ੂ ਦੇਰ। ਵਟ ਦੇ ਹੈਵ ਡਨ ਹੁਣ ਤਾਂ ਬਿਲਕੁਲ ਹੀ ਕਿਸਾਨੀ ਨੂੰ ਇਹਨਾਂ ਨੇ, ਕਿਸਾਨੀ ਨੂੰ ਇਹ ਨਹੀਂ ਪਤਾ ਕਿ ਮੇਰੀ ਮੰਡੀ ਕਿੱਥੇ ਹੋ, ਕਿਸਾਨੀ ਨੂੰ ਇਹ ਨਹੀਂ ਪਤਾ ਕਿ ਮੇਰੇ MSP ਕੀ ਹੋ, ਕਿਹੜੀ ਫਸਲ ਕੌਣ ਖਰੀਦੂਗਾ, ਕਿੱਥੇ ਜਾਊਗੀ, ਕਿੱਥੇ ਨਹੀਂ ਜਾਊਗੀ, ਕਿਆ। ਸੋ ਇਹ ਟੋਟਲ ਕਨਫਿਊਜ਼ਨ ਦੇ ਵਿੱਚ ਇਹਨਾਂ ਨੇ ਪਾ ਦਿੱਤਾ। ਸੋ ਅਸੀਂ ਇਹਨੂੰ ਬਹਿਸ ਸਪੈਸ਼ਲ ਸੈਸ਼ਨ ਬੁਲਾਇਆ, ਅਸੀਂ ਇਹਦਾ ਬਹਿਸ ਕਰਾਂਗੇ ਅਸੈਂਬਲੀ 'ਚ, ਔਰ ਕੁਛ ਨਾ ਕੁਛ ਬੜੇ ਸਖ਼ਤ ਤਰੀਕੇ ਨਾਲ ਪੰਜਾਬ ਦੀ ਕਿਸਾਨੀ ਨੂੰ ਪ੍ਰੋਟੈਕਟ ਕਰਨ ਲਈ। ਔਰ ਅਸੀਂ ਮੈਂ ਆਪ ਨੂੰ ਦੱਸਣਾ ਚਾਹੁੰਦਾ, ਵਾਹਿਗੁਰੂ ਨੇ ਬਹੁਤ ਕੁਝ ਦਿੱਤਾ, ਪਤਾ ਨਹੀਂ ਕਿੰਨੀ ਦੇਰ ਸਾਡੀ ਰਹਿ ਗਈ, ਪਰ ਜੋ ਮੇਰੇ ਕੋਲ ਰਹਿ ਗਿਆ ਮੈਂ ਆਪਣਾ ਟਾਈਮ ਪੰਜਾਬ ਵਾਸਤੇ ਲਗਾਉਣਾ, ਔਰ ਆਪਾਂ ਇਸ ਪੰਜਾਬ ਨੂੰ ਇਸ ਦੁਰਦਸ਼ਾ ਜੋ ਇਹਨਾਂ ਨੇ ਕੀਤੀ ਹੈ ਉਹਦੇ ਤੋਂ ਆਪਾਂ ਨੇ ਚੰਗੀ ਤਰ੍ਹਾਂ ਇਸ ਨੂੰ ਕੱਢਣਾ। ਤਾਂ ਬਹੁਤ ਧੰਨਵਾਦੀ ਹਾਂ ਮੈਂ ਤੁਹਾਡਾ ਇੱਕ ਵਾਰ ਫਿਰ ਕਿ ਤੁਸੀਂ ਅੱਜ ਸਾਡਾ ਇਸ ਸਕੀਮ ਦਾ ਉਦਘਾਟਨ ਕਰਨ ਲਈ ਅੱਜ ਸਾਡੇ ਵਿੱਚ ਤੁਸੀਂ ਆ ਰਹੇ ਹੋ, ਬਹੁਤ ਧੰਨਵਾਦ।
ਅਮਰਿੰਦਰ ਸਿੰਘ ਜੀ, ਮਨਪ੍ਰੀਤ ਬਾਦਲ ਜੀ, ਬਾਜਵਾ ਜੀ, ਸੁਨੀਲ ਛਾਬਰ ਜੀ, ਸ਼੍ਰੀਮਤੀ ਵਿਜੀ ਮਹਾਜਨ ਜੀ, ਸ਼੍ਰੀਮਤੀ ਸੀਮਾ ਜੈਨ ਜੀ, ਹਮਾਰੇ ਮੰਤਰੀ, MLA, ਸਰਪੰਚ, ਪੰਚਾਇਤ ਕੇ ਨੇਤਾ, ਬਾਕੀ ਅਧਿਕਾਰੀ, ਭਾਈਓ ਬਹਿਨੋ, ਆਪ ਸਬਕਾ ਮੈਂ ਇਸ ਪ੍ਰੋਗਰਾਮ ਮੈਂ ਸਵਾਗਤ ਕਰਤਾ। ਮੁਝੇ ਆਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਇਸ ਪ੍ਰਕਾਰ ਕੇ ਪ੍ਰੋਗਰਾਮ ਕੋ ਇਨੋਗਰੇਟ ਕਰਨਾ ਹੂੰ, ਵਰਚੁਅਲੀ ਕਰਨਾ ਹੂੰ, ਮਤਲਬ ਉਹਨਾਂ ਦਾ ਸਮੇਂ ਹੈ ਤੋ ਵਰਚੁਅਲੀ ਕਰਨਾ ਪੜਦਾ ਹੈ। ਹਰ ਇਮਾਰਤ ਕੀ ਨੀਂਹ ਹੋਤੀ ਹੈ, ਨੀਂਹ ਕਮਜ਼ੋਰ ਹੋ ਜਾਂਦੀ ਹੈ ਤੋ ਇਮਾਰਤ ਗਿਰ ਜਾਂਦੀ ਹੈ, ਔਰ ਅਗਰ ਇਮਾਰਤ ਨਹੀਂ ਰਹੀ ਤੋ ਨੀਂਹ ਕੀ ਕੋਈ ਜ਼ਰੂਰਤ ਨਹੀਂ। ਇਸ ਪ੍ਰਕਾਰ ਅਗਰ ਹਮ ਸ਼ਹਿਰ ਕੀ ਬਾਤ ਕਰੇ, ਅਗਰ ਸ਼ਹਿਰ ਮਾਰਕੀਟ ਤੋਂ ਕਮ ਨਹੀਂ, ਅਗਰ ਹਮ ਵਿਧਾਨ ਸਭਾ ਦੀ ਬਾਤ ਕਰੇ, ਅਗਰ ਵਿਧਾਨ ਸਭਾ ਇਮਾਰਤ ਹੈ ਤੋ ਪੰਚਾਇਤ ਔਰ ਸਰਪੰਚ ਨਹੀਂ ਹੈ, ਔਰ ਅਗਰ ਹਮੇ ਪੰਜਾਬ ਕਾ ਯਾ ਹਿੰਦੁਸਤਾਨ ਕਾ ਵਿਕਾਸ ਕਰਨਾ ਹੈ ਤੋ ਮੈਂ ਹਮੇ ਇਮਾਰਤ ਕੀ ਵੀ ਰਕਸ਼ਾ ਕਰਨੀ ਹੈ ਔਰ ਨੀਂਹ ਕੀ ਵੀ ਰਕਸ਼ਾ। ਯੇ ਜੋ ਪ੍ਰੋਗਰਾਮ ਹੈ ਯੇ ਨੀਂਹ ਕੀ ਰਕਸ਼ਾ ਕਰਦਾ ਹੈ, ਜੋ ਪੰਜਾਬ ਕਾ ਫਾਊਂਡੇਸ਼ਨ ਹੈ, ਜੋ ਹਮਾਰਾ ਗਾਓ ਹੈ ਉਸਕੀ ਰਕਸ਼ਾ ਕਰਦਾ ਹੈ। ਗਾਓ ਕੀ ਪ੍ਰੋਟੈਕਸ਼ਨ ਕਰਨੇ ਸੇ ਸ਼ਹਿਰ ਕੀ ਔਰ ਪੰਜਾਬ ਕੀ ਰਕਸ਼ਾ। ਅਗਰ ਹਮ ਗਾਓ ਕੋ ਹੈ ਔਰ ਸਿਰਫ ਹਮ ਸ਼ਹਿਰ ਕੀ ਬਾਤ ਕਰੇ ਤੋ ਨੀਂਹ ਕਮਜ਼ੋਰ ਹੋਗੀ ਔਰ ਅੰਤ ਮੈਂ ਤੋ ਮੁਝੇ ਕਾਫੀ ਖੁਸ਼ੀ ਹੋ ਰਹੀ ਹੈ ਕਿ ਹਮਾਰਾ ਫੋਕਸ ਨੀਂਹ ਪਰ ਹੈ। ਇਨਫਰਾਸਟ੍ਰਕਚਰ, ਗਾਓ ਦਾ ਇਨਫਰਾਸਟ੍ਰਕਚਰ ਮਜ਼ਬੂਤ ਹੋਗਾ। ਖੁਸ਼ੀ ਹੋ ਰਹੀ ਹੈ ਕਿ ਹਮਾਰਾ ਫੋਕਸ ਨੀਂਹ ਪਰ ਹੈ, ਇਨਫਰਾਸਟ੍ਰਕਚਰ ਯੇ ਪੈਸਾ ਨਹੀਂ ਹੈ, ਯੇ ਪੰਜਾਬ ਕੀ ਜਨਤਾ ਕਾ ਖੂਨ ਪਸੀਨਾ ਹੈ, ਔਰ ਜਬ ਹਮ ਇਸਕੋ ਸੜਕੋਂ ਮੇਂ ਡਾਲੇ, ਪੰਜਾਬ ਕੀ ਜਨਤਾ ਕਾ ਖੂਨ ਪਸੀਨਾ ਹੈ, ਔਰ ਜਬ ਹਮ ਇਸਕੋ ਸੜਕੋਂ ਮੇਂ ਡਾਲੇ, ਪੁਲ ਮੇਂ ਡਾਲੇ, ਸਪੋਰਟਸ ਸਟੇਡੀਅਮ ਮੇਂ ਡਾਲੇ, ਹਮੇ ਯਾਦ ਰੱਖਣਾ ਚਾਹੀਏ ਕਿ ਇਹ ਸਿਰਫ ਪੈਸਾ ਨਹੀਂ ਹੈ, ਯੇ ਪੰਜਾਬ ਕੀ ਜਨਤਾ ਕਾ ਖੂਨ ਪਸੀਨਾ ਹੈ, ਔਰ ਇਸੀ ਲਈ ਬਿਨਾਂ ਭ੍ਰਿਸ਼ਟਾਚਾਰ ਕੇ ਹਮੇ ਪੂਰਾ ਕਾ ਪੂਰਾ ਪੈਸਾ ਐਂਡ ਯੂਜ਼ਰ ਤੱਕ ਪਹੁੰਚਾਉਣਾ ਚਾਹੀਦਾ। ਅਮਰਿੰਦਰ ਸਿੰਘ ਜੀ ਨੇ ਪੰਚਾਇਤੋਂ ਕੀ ਬਾਤ ਕੀ,
कांग्रेस पार्टी जब भी प्रोग्राम चलाती है, चाहे वो मनरेगा हो, भोजन का अधिकार हो या ये रूरल इंफ्रास्ट्रक्चर का प्रोग्राम हो, हम पंचायत के माध्यम से चलाते हैं, क्योंकि हम जानते हैं और समझते हैं कि जो हमारे सरपंच भाई बहन हैं वो गांव की आवाज समझते हैं, सुनते हैं और वो ही विकास को, गांव के विकास को समझते हैं। तो हम जो भी प्रोग्राम चलाते हैं उनके माध्यम से चलाते हैं। क्यों? क्योंकि हम जानते हैं कि अगर हमने पंचायतों का प्रयोग किया तो सही प्रोग्राम बनेगा और ठीक तरीके से चलाया जाए। अगर हमने ऊपर से प्रोग्राम थोप दिया, बिना सरपंचों से पूछे, बिना एमएलए से पूछे, हम जानते हैं कि वो प्रोग्राम फेल होगा, उसका कोई मतलब ही नहीं होगा, क्योंकि वो जनता का प्रोग्राम नहीं हो। और प्रोग्राम को डिटेल्स देखने पर मुझे लगता है कि ये प्रोग्राम पंचायतों के साथ मिलकर बनाया गया है, तो मुझे पूरा भरोसा है कि ये प्रोग्राम सक्सेसफुली इंप्लीमेंट किया जाएगा। अगर हम पंजाब की बात करें और अगर हम गांव की बात करें, तो अगर गांव इमारत है तो खेत नींव है, बिना खेत के गांव का कोई मतलब नहीं। और मुझे दुख हो रहा है और पूरे पंजाब की जनता को दुख हो रहा है कि पंजाब की आत्मा पर, किसानों की आत्मा पर सरकार आक्रमण कर रही है। ये जो तीन कानून बनाए हैं, ये हिंदुस्तान के हर किसान की आत्मा पर आक्रमण है, उनके खून पसीने पर आक्रमण है। और हिंदुस्तान के सब किसान सब मजदूर इस बात को समझते हैं। मैं कुछ दिन पहले पंजाब आया, हरियाणा गया, हर एक किसान को मालूम है, हर एक मजदूर को मालूम है कि इन तीन कानूनों ने उन पर आक्रमण की शुरू किया। और मुझे बहुत खुशी हो रही है कि अमरिंदर सिंह जी ने, कांग्रेस पार्टी ने एक स्पेशल सेशन बुलाया है इन कानूनों पर, असेंबली का एक स्पेशल सेशन बुलाया है, और असेंबली में हमारे एमएलए इन कानूनों के बारे में निर्णय लें। अगर हम हिंदुस्तान की नींव को कमजोर करेंगे तो हिंदुस्तान कमजोर होगा। और जब भी कांग्रेस पार्टी लड़ती है, हम नींव को बचाने के लिए, मजबूत करने के लिए लड़ते हैं। यह फर्क है हम में और दिल्ली की सरकार। वो इमारत की बात करते हैं, योजना ऊपर से थोपते हैं, पंचायतों से नहीं पूछते, जनता से नहीं पूछते, और उनके कानून हिंदुस्तान की नींव को कमजोर करते हैं।
अगर ये कानून किसानों के हित के कानून थे, अगर ये कानून मजदूरों के हित के कानून है, तो फिर इन कानूनों को पास करते हुए राज्यसभा और लोकसभा में सरकार ने डिबेट क्यों नहीं होने दी? अगर किसानों के हित के कानून थे तो डिबेट से क्या डर? डिबेट होती, पूरा देश देखता और देश निर्णय लेता कि इन कानूनों से फायदा हो रहा है या नुकसान। मगर लोकसभा और राज्यसभा में हिंदुस्तान के किसानों की आवाज को दबाया गया, उछला गया। मुझे बहुत खुशी हो रही है कि पंजाब की विधानसभा, पंजाब के किसान की आवाज स्पेशल सेशन में सुनाई देगी, किसान के मजदूर की आवाज स्पेशल सेशन में सुनाई देगी। और मुझमें पूरा भरोसा है कि अगर किसान और मजदूर ने अपनी आवाज सामने रखी तो कोई भी शक्ति इन तीन कानूनों को आगे बढ़ने नहीं दे सकती। मैं एक बार फिर आप सबको बधाई देता हूं। दुख हो रहा है कि मैं पंजाब नहीं आ पाया, कोरोना का समय है, मैं आना चाहता था, मगर अमरिंदर सिंह जी ने कहा कि इसको हम वर्चुअली कर सकते हैं, तो वर्चुअल ये हमारी मीटिंग हुई। आप सबको मैं दिल से धन्यवाद करना चाहता हूं, खास तौर से जो हमारे सरपंच भाई हैं, बहन हैं, आप जनता की आवाज हो, आपका मैं दिल से धन्यवाद करना चाहता हूं। और मैं आपको आश्वासन देना चाहता हूं कि कांग्रेस पार्टी आपके साथ खड़े होकर किसानों की, मजदूरों की, गरीबों की लड़ाई लड़ेगी। पंजाब में और पूरे देश में रोजगार की बहुत बड़ी समस्या है। नोटबंदी हुई, जीएसटी हुई और अब कोरोना के समय काफी मिसमैनेजमेंट हुआ। दिल्ली की सरकार ने टोटल लॉकडाउन कर दिया और हम समझते हैं कि युवाओं को रोजगार की बहुत कमी है। और इसलिए जो अमरिंदर सिंह जी की सरकार ने, कांग्रेस की सरकार ने रोजगार देना दिया है, सरकारी रोजगार दिया है, उसके लिए मैं अमरिंदर सिंह जी और सरकार को दिल से धन्यवाद करता हूं। हमारा काम पंजाब की जनता की रक्षा करने का है, पंजाब को विकास दिलवाने का है और हम मिलके आप सबके साथ ये काम पूरा करें। बहुत बहुत धन्यवाद। जय हिंद। इस तो पहला ਭਾਈ ਸਾਹਿਬ ਦਾ ਥੈਂਕ ਯੂ ਤੁਸੀਂ ਜਾਣਦੇ ਹੋ ਕਿ ਕੁਝ ਲੋਕੇਸ਼ਨਸ 'ਤੇ ਟੈਕਨੀਕੀ ਪ੍ਰੋਬਲਮ ਕਰਕੇ ਆਵਾਜ਼ ਨਹੀਂ ਗਈ। ਮੈਂ ਉਹਨਾਂ ਸਾਰੇ ਸੈਂਟਰਾਂ ਤੋਂ ਮਾਫ਼ੀ ਮੰਗਦਾ, ਅੱਗੋਂ ਤੋਂ ਅਸੀਂ ਧਿਆਨ ਰੱਖਾਂਗੇ ਵੀ ਇਹੋ ਜਿਹੇ ਪ੍ਰੋਗਰਾਮ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ। ਰਾਹੁਲ ਜੀ, ਅੱਜ ਬੜਾ ਸਾਡਾ ਪਹਿਲਾਂ ਵੀ ਜਿਵੇਂ ਮਾਣ ਦਾ ਦਿਨ ਹੈ ਕਿ ਤੁਸੀਂ ਸਾਡਾ ਇਸ ਚੰਗੇ ਪ੍ਰੋਗਰਾਮ ਨੂੰ ਇਨੈਗਰੇਟ ਕੀਤਾ। ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਵੀ ਪੰਜਾਬ ਕਾਂਗਰਸ ਨੇ ਜਾਂ ਪੰਜਾਬ ਸਰਕਾਰ ਨੇ ਜਦੋਂ ਵੀ ਤੁਹਾਨੂੰ ਰਿਕੁਐਸਟ ਕੀਤੀ ਤੁਸੀਂ ਸਾਨੂੰ ਕਦੇ ਨਾਂਹ ਨਹੀਂ ਕੀਤੀ।
ਤੁਸੀਂ ਹਰ ਵਕਤ ਸਾਡੇ ਲਈ ਹਰ ਕੰਮ ਕਰਨ ਲਈ, ਭਾਵੇਂ ਕਿਸਾਨਾਂ ਦੀ ਲੜਾਈ ਹੈ, ਭਾਵੇਂ ਇਹੋ ਜਿਹੇ ਪ੍ਰੋਗਰਾਮ ਮੈਨੇਜਮੈਂਟ ਕਰਨ ਲਈ, ਤੁਸੀਂ ਕਦੇ ਨਾਂਹ ਨਹੀਂ ਕੀਤੀ, ਹਰ ਵਕਤ ਤਿਆਰ ਰਹਿੰਦੇ ਹੋ। ਸੋ ਤੁਹਾਡਾ ਤੁਹਾਡਾ ਥੈਂਕਸ ਮੈਨੀ ਮੈਨੀ ਥੈਂਕਸ। ਅਤੇ ਆਸ ਕਰਦੇ ਹਾਂ ਕਿ ਤੁਸੀਂ ਕਦੇ ਸਮਾਂ ਕੱਢ ਕੇ, ਜਿਹੜੇ ਅਸੀਂ ਇਹ ਪ੍ਰੋਗਰਾਮ ਪਿੰਡ ਬਣਾ ਰਹੇ ਹਾਂ, ਠੀਕ ਬਣਾ ਰਹੇ ਹਾਂ, ਕਿਸੇ ਵੇਖਣ ਵੀ ਆਓਗੇ ਅਤੇ ਵੇਖਿਆ ਠੀਕ ਪਤਾ ਲੱਗੇਗਾ ਵੀ ਇਹ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਸਾਡਾ ਇਨਵੀਟੇਸ਼ਨ ਹੈ ਤੁਹਾਡੇ ਵੱਲ, ਜਦੋਂ ਵੀ ਸਮਾਂ ਠੀਕ ਹੁੰਦਾ, ਕੋਵਿਡ ਤੋਂ ਜਾਨ ਛੁੱਟਦੀ ਹੈ, ਕਾਇੰਡਲੀ ਇਹ ਸਾਡਾ ਇਨਵੀਟੇਸ਼ਨ ਤੁਹਾਡੇ ਕੋਲ ਰਹੇਗਾ, ਤੁਸੀਂ ਆਇਓ ਅਤੇ ਪਿੰਡਾਂ 'ਚ ਝਾਤੀ ਮਾਰਿਓ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਹੋ ਜਿਹਾ ਕੰਮ ਕਰ ਰਹੀ ਹੈ, ਕਿਹੋ ਜਿਹਾ ਪਿੰਡ ਦੇ ਅੱਗੇ ਚੰਗੇ ਕੰਮ ਹੋ ਰਹੇ ਨੇ। ਸੋ ਮੈਂ ਕੈਪਟਨ ਸਾਹਿਬ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਏਬਲ ਲੀਡਰਸ਼ਿਪ ਥੱਲੇ ਪੰਜਾਬ ਅੱਗੇ ਵੱਧ ਰਿਹਾ, ਜਿਨ੍ਹਾਂ ਦੀ ਚੰਗੀ ਸੋਚ ਕਰਕੇ ਇਹ ਚੰਗੀਆਂ ਸਕੀਮਾਂ ਬਣੀਆਂ ਨੇ। ਸੁਨੀਲ ਜਾਖੜ ਜੀ ਦੀ ਅਤੇ ਸਾਡੇ ਸਾਥੀ ਨਾਲ ਹੀ ਰਹਿੰਦੇ ਨੇ, ਗਾਈਡ ਕਰਦੇ ਰਹਿੰਦੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਮੈਂ ਆਪਣੇ ਸਾਰੇ ਮਿਨਿਸਟਰ ਕੁਲੀਗ ਦਾ ਸ਼ੁਕਰੀਆ ਕਰਨਾ, MLA ਸਾਹਿਬਾਨ ਦਾ ਕਰਨਾ, ਅਤੇ ਸਭ ਤੋਂ ਜ਼ਿਆਦਾ ਜਿਹੜੇ ਪੰਚ ਸਰਪੰਚ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਹਰ ਪਿੰਡ 'ਚ ਲਾਗੂ ਕੀਤਾ ਨੇਕ ਨੀਤੀ ਨਾਲ, ਉਹਨਾਂ ਦਾ ਸ਼ੁਕਰੀਆ। ਜਿਹੜੇ ਲੋਕ ਇਸ ਪ੍ਰੋਗਰਾਮ ਨੂੰ, 1.5 ਲੱਖ ਲੋਕ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਨੇ, ਉਹਨਾਂ ਦਾ ਵੀ ਸ਼ੁਕਰੀਆ। ਆਪਣੇ